ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ, ਅੱਜ ਦੀ ਸਪੈਸ਼ਲ ਪੇਸ਼ਕਸ਼ ਦੇ ਵਿੱਚ ਮੈਂ ਦਿੱਲੀ ਦੀ ਧਰਤੀ 'ਤੇ ਆਇਆ ਹੋਇਆ ਮੈਂ, ਔਰ ਤੁਹਾਨੂੰ ਪਤਾ ਵੀ ਕੱਲ੍ਹ ਵੀ ਦਿੱਲੀ ਦੀ ਧਰਤੀ 'ਤੇ ਸਾਂ, ਅੱਜ ਵੀ ਦਿੱਲੀ ਦੀ ਧਰਤੀ 'ਤੇ ਹਾਂ। ਕਿਉਂ? ਕਿਉਂਕਿ ਦਿੱਲੀ ਦੀ ਧਰਤੀ 'ਤੇ ਕੁਝ ਸਿੱਖਾਂ ਦੇ ਐਸੇ ਮੈਟਰ ਨੇ ਜਿਨ੍ਹਾਂ ਨੂੰ ਸੁਲਝਾਉਣਾ ਬੜਾ ਜ਼ਿਆਦਾ ਜ਼ਰੂਰੀ ਪੈ ਜਾਣਾ। ਜੇ ਅੱਜ ਉਹ ਚੀਜ਼ਾਂ ਵਕਤ ਰਹਿੰਦੇ ਨਾ ਸੁਲਝਾਈਆਂ ਗਈਆਂ ਤਾਂ ਅਗਲੀਆਂ ਪੀੜ੍ਹੀਆਂ ਸਾਨੂੰ ਲੱਖ ਲੱਖ ਲਾਹਨਤਾਂ ਵੀ ਪਾਉਣਗੀਆਂ, ਅਤੇ ਉਹ ਲਾਹਨਤਾਂ ਮੀਡੀਆ ਨੂੰ ਵੀ ਪੈਣਗੀਆਂ ਅਤੇ ਜਿਹੜੇ ਆਗੂ ਬਣੇ ਹੋਏ ਨੇ ਉਹਨਾਂ ਨੂੰ ਵੀ ਪੈਣਗੀਆਂ। ਹੁਣ ਕਈਆਂ ਦੇ ਮਨ ਦੇ ਵਿੱਚ ਖਿਆਲ ਆਵੇਗਾ ਵੀ ਕਿਹੜਾ ਐਸਾ ਮੈਟਰ ਹੈ ਜਿਹੜਾ ਉਲਝਿਆ ਹੋਇਆ ਅਤੇ ਜਿਹਨੂੰ ਲੈ ਕੇ ਲਾਹਨਤਾਂ ਪੈਣੀਆਂ ਨੇ, ਉਸ ਮੈਟਰ ਦਾ ਅਸੀਂ ਖੁਲਾਸਾ ਕਰਾਂਗੇ। ਅੱਜ ਮੈਂ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ ਦੇ ਗ੍ਰਹਿ ਵਿਖੇ ਹਾਂ ਅਤੇ ਦੋਨੋਂ ਭਰਾ ਮੇਰੇ ਨਾਲ ਨੇ। ਇਹ ਵੀ ਆਪਾਂ ਗੱਲ ਕਰਾਂਗੇ, ਜਿਹੜਾ ਅਕਸਰ ਇਹਨਾਂ ਦੇ ਉੱਪਰ ਇਹ ਲੱਗ ਜਾਂਦਾ ਕਿ ਪਾਰਟੀ ਦੇ ਵਿੱਚ ਦੋ ਹੀ ਭਰਾ ਆਗੂ ਨੇ, ਬਾਕੀ ਕਿਸੇ ਨੂੰ ਅੱਗੇ ਨਹੀਂ ਲੱਗਣ ਦਿੰਦੇ, ਉਹ ਵੀ ਮੈਟਰ ਆਪਾਂ ਲੈ ਕੇ ਚੱਲਾਂਗੇ। ਸਰਨਾ ਭਰਾ ਮੇਰੇ ਨਾਲ ਦੇ, ਮੈਂ ਇਹਨਾਂ ਦੇ ਘਰ ਵਿਖੇ ਹਾਂ ਅਤੇ ਇੰਟਰਵਿਊ ਆਪਾਂ ਆਰੰਭ ਤਾਂ ਲੱਗੇ ਹਾਂ ਕਰਨ, ਪਰ ਵਿਸ਼ਾ ਅੱਜ ਦਾ ਇਹ ਰਹੇਗਾ ਕਿਉਂਕਿ ਕੱਲ੍ਹ ਇਹਨਾਂ ਨੇ ਬੰਗਲਾ ਸਾਹਿਬ ਦੀ ਧਰਤੀ 'ਤੇ ਜਾ ਕੇ ਅਰਦਾਸ ਕੀਤੀ ਹੈ ਵੀ ਜਿਹੜੇ ਕਰਪਸ਼ਨ ਕਰਦੇ ਨੇ, ਜਿਹੜੇ ਇਸ ਤਰੀਕੇ ਨਾਲ ਗੁਰੂ ਕੀ ਗੋਲਕ ਦੀ ਚੋਰੀ ਕਰਦੇ ਨੇ, ਪਰਮਾਤਮਾ ਇਹਨਾਂ ਨੂੰ ਸਦਬੁੱਧੀ ਦੇਵੇ। ਉਹ ਕੀ ਮਾਮਲਾ ਹੈ, ਪੂਰੇ ਮਾਮਲੇ ਦੀ ਆਪਾਂ ਜਾਣਕਾਰੀ ਲੈਂਦੇ ਹਾਂ, ਪਰ ਸਭ ਤੋਂ ਪਹਿਲਾਂ ਅਕਾਲ ਚੈਨਲ ਦਿੱਲੀ ਯੂਨਿਟ ਦੀ ਇਸ ਸਪੈਸ਼ਲ ਪੇਸ਼ਕਸ਼ ਦੇ ਅੰਦਰ ਅਸੀਂ ਸਰਨਾ ਭਰਾਵਾਂ ਦਾ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਜਾਣਕਾਰੀ ਲੈਣੀ ਚਾਹੁੰਦਾ, ਕੱਲ੍ਹ ਤੁਸੀਂ ਬੰਗਲਾ ਸਾਹਿਬ ਦੀ ਧਰਤੀ 'ਤੇ ਗਏ ਹੋ ਔਰ ਮੇਰੇ ਖਿਆਲ ਦੇ ਵਿੱਚ ਪਾਰਕਿੰਗ ਦੇ ਵਿੱਚ ਖਲੋ ਕੇ ਤੁਸੀਂ ਆਪਣਾ ਅਰਦਾਸ ਕੀਤੀ ਹੈ ਜਾਂ ਕੁਛ ਵੀ ਰੋਸ ਜਤਾਇਆ, ਉਹ ਪੂਰਾ ਮੈਟਰ ਕੀ ਹੈ? ਦੇਖੋ, ਗੱਲ ਹੈਗੀ ਕਿ 2013 ਦੇ ਚੋਣਾਂ ਤੋਂ ਬਾਅਦ ਜਦ ਸਾਨੂੰ ਆ ਰਹੇ ਸੀ ਤਾਂ ਮੈਂ ਇੱਕ ਕਮੈਂਟ ਦਿੱਤੇ ਸਨ ਕਿ ਦਿੱਲੀ ਦੀ ਸਿੱਖ ਸੰਗਤ ਬਾਦਲਾਂ ਦੇ ਝੂਠੇ ਪ੍ਰਚਾਰ ਵਿੱਚ, ਔਰ ਖਾਸ ਕਰਕੇ PTC ਚੈਨਲ ਤੋਂ ਸਵੇਰੇ ਦਰਬਾਰ ਸਾਹਿਬ ਦਾ ਕੀਰਤਨ ਕਥਾ ਤੋਂ ਬਾਅਦ ਜਿਹੜਾ ਖੂਬ ਪ੍ਰਚਾਰ ਸਾਡੇ ਖਿਲਾਫ ਚੱਲਿਆ, ਉਹਦੇ 'ਚ ਹਰ ਸਿੱਖ ਦਾ ਮੰਤ ਬਹਿਣਾ ਉਹ ਨਹੀਂ ਹੈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਕਮੇਟੀ ਬਣੀ ਹੈ, ਜਿਹੜੇ ਮੈਂਬਰ ਚੁਣ ਕੇ ਆਏ ਨੇ, ਮੈਂ ਇਹਨਾਂ ਸਾਰਿਆਂ ਦਾ ਪਿਛੋਕੜ ਬੜੀ ਚੰਗੀ ਤਰ੍ਹਾਂ ਜਾਣਦਾ, ਔਰ ਜੋ ਖਰਾਬੀ ਧਾਰਮਿਕ ਤੌਰ 'ਤੇ, ਆਰਥਿਕ ਤੌਰ 'ਤੇ, ਮਰਿਆਦਾ ਔਰ ਪਰੰਪਰਾਵਾਂ ਦਾ ਇਹ ਭੋਗ ਪਾਉਣ ਗਏ, ਉਹ ਸੰਗਤ ਆਉਣ ਵਾਲੇ ਸਮੇਂ ਜਾ ਸਕਦੇ। ਅੱਜ 6 ਸਾਲ ਪਹਿਲੇ ਮੇਰੀ ਕੋਈ ਜਿਹੜੀ ਅੱਖਰ ਗੱਲ ਜਿਹੜੀ ਸੀ ਭਵਿੱਖਬਾਣੀ, ਉਹ ਭਵਿੱਖਬਾਣੀ ਨਹੀਂ, ਮੈਨੂੰ ਪਤਾ ਸੀ ਇਹੋ ਜਿਹਾ ਦਾ ਉਹ ਸੱਚ ਹੋਣੀ ਸੀ। ਮਰਿਆਦਾ ਦੇ ਤੌਰ 'ਤੇ, ਧਾਰਮਿਕ ਤੌਰ 'ਤੇ ਇਹਨਾਂ ਨੇ ਜਿਤਨੇ ਵੀ ਪ੍ਰਚਾਰਕ ਸਨ ਉਹ ਸਾਰੇ ਪ੍ਰਚਾਰਕਾਂ ਨੂੰ ਇੱਕ ਪਾਸੇ ਕਰਕੇ ਇਹਨਾਂ ਨੇ ਸਿਰਫ ਉਹਨਾਂ ਤੋਂ ਹੀ ਕਥਾ ਕਰਾਈ ਜਿਹੜੇ ਕਿ ਗੁਰੂ ਦੀ ਗੱਲ ਘੱਟ, ਰਾਮ ਦੀ ਗੱਲ ਜ਼ਿਆਦਾ ਅਤੇ ਕ੍ਰਿਸ਼ਨ ਦੀ ਗੱਲ ਜ਼ਿਆਦਾ ਕਰਦੇ। ਜਿਹੜੇ ਜਨਮ ਅਸ਼ਟਮੀ ਹੋਵੇ ਅਤੇ ਕ੍ਰਿਸ਼ਨ ਮਹਾਰਾਜ ਦਾ ਗੁਰੂ ਸਾਹਿਬਾਨ ਦੀ ਬਾਣੀ ਨਾਲ, ਗੁਰੂ ਸਾਹਿਬ ਦੇ ਵਿਚਾਰਾਂ ਨਾਲ ਆਪਣਾ ਕਰਦੇ ਸਨ, ਰਾਮ ਨੌਮੀ ਹੋਵੇ, ਦੁਸਹਿਰਾ ਹੋਵੇ, ਉਹਨਾਂ ਨਾਲ ਮੇਲ ਆਰਾਮ ਨਾਲ ਕਰਦੇ ਸਨ। ਜਿਹੜੇ ਰਫਜ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਉਸ ਕਾਰਪੁਰ ਦੇ ਪ੍ਰਤੀ ਵਰਤੇ ਜਾਂਦੇ ਸਨ, ਉਹ ਰਾਮ ਰਾਮਚੰਦਰ ਰਾਜੇ ਰਾਮ ਦੇ ਨਾਲ ਮੇਲ ਕੇ ਰੱਖਦੇ ਸਨ। ਔਰ ਜਿਹੜੇ ਕਿਉਂ ਮਿਲਦੇ ਸਨ, ਇਹ ਮਿਲਦੇ ਸਨ ਕਿ ਦੇਖੋ ਇਹ ਆਏ ਇਸ ਵਾਸਤੇ ਨੇ, ਇਹਨਾਂ ਨੂੰ ਸਰਕਾਰਾਂ ਲਿਆਏ ਨਹੀਂ, ਇਸ ਵਾਸਤੇ ਨੇ ਬਾਦਲ ਦੇ ਅਕਾਲੀ ਦਲ ਦਾ ਲੀਡਰ ਬਣਿਆ ਹੈ, ਉਸਦੇ ਕੋਲ ਪਹਿਲੇ ਉਸਨੇ ਕਿਹਾ ਮੈਂ ਸਿੱਖ ਧਾਰਮਿਕ ਮਰਿਆਦਾ ਔਰ ਪਰੰਪਰਾਵਾਂ ਦਾ ਭੋਗ ਪਾਉਣ ਵਾਲਾ ਸਭ ਤੋਂ ਵੱਡਾ ਹੋਵਾਂਗਾ, ਮੇਰੇ ਤੋਂ ਬਾਅਦ ਕੋਈ ਨੁਕਸਾਨ ਨਹੀਂ ਪਾ ਸਕਦਾ। ਤਾਂ ਉਹਨਾਂ ਨੇ ਜਿਹੜੀ ਅਕਾਲੀ ਲੀਡਰਸ਼ਿਪ ਸੀ, ਜਿਹਨੂੰ ਅੱਜ ਟਕਸਾਲੀ ਲੀਡਰਸ਼ਿਪ ਕਿਹਾ ਜਾਂਦਾ ਹੈ, ਉਹਨਾਂ ਨੂੰ ਲਾਂਭੇ ਕਰਕੇ ਬਾਦਲ ਨੂੰ ਅੱਗੇ ਲਿਆਏ, ਵਰਨਾ ਕਈ ਜੇ ਦੇਸ਼ ਵਿੱਚ ਤੁਰੰਤ ਆ ਸਕਦਾ ਸੀ, ਟੋਲਾ ਸਾਹਿਬ ਆ ਸਕਦੇ ਨੇ, ਸਾਰੇ ਆ ਸਕਦੇ ਸਨ, ਪਰ ਕਿਉਂਕਿ ਇਹਨਾਂ ਦਾ ਪੈਕਟ ਸੀ BJP ਦੇ ਨਾਲ, BJP ਨੇ ਸਪੋਰਟ ਕੀਤੀ, ਉਹਨਾਂ ਨੇ ਸਾਰੀਆਂ ਗੱਲਾਂ ਬਣੀਆਂ ਔਰ ਉਹਨਾਂ ਨੂੰ ਪੂਰੀ ਤਾਕਤ ਦਿੱਤੀ, ਰਾਸ਼ੀ ਤਾਕਤ ਦਿੱਤੀ। ਜਦ ਅਕਾਲੀ ਆਪਣੇ ਆਪ ਵਿੱਚ ਨਹੀਂ ਸੀ ਜਿੱਤ ਸਕਦੇ ਤਾਂ BJP ਨਾਲ ਕੱਟ ਕਰਕੇ ਉਹਨਾਂ ਕਿਹਾ ਵੀ ਅਸੀਂ ਮੁੱਖ ਮੰਤਰੀ ਤੁਹਾਨੂੰ ਹੀ ਬਣਾਵਾਂਗੇ, ਪਰ ਤੂੰ ਸਾਡੇ ਕੰਮ ਕਰਨਾ ਹੈ, ਸਾਰੇ ਕੰਮ ਕੀਤੇ ਜੀ। ਅਤੇ ਉਸੇ ਇਸ਼ਾਰੇ 'ਤੇ ਦਿੱਲੀ ਕਮੇਟੀ ਵੀ ਇਹ ਕੰਮ ਕਰ ਰਹੀ ਹੈ? ਬਿਲਕੁਲ ਕਰ ਰਹੀ ਹੈ। ਅੱਜ ਤੁਸੀਂ ਇਹ ਦੇਖ ਲਓ, ਦਿੱਲੀ ਕਮੇਟੀ ਦੇ 4 ਮੈਂਬਰ BJP ਦੀ ਟਿਕਟ ਦੇ ਉੱਤੇ ਕਾਰਪੋਰੇਸ਼ਨ ਦੇ ਮੈਂਬਰ, ਅੱਜ ਘਰ ਵਿਚਾਰ ਕਮੇਟੀ ਦਾ ਚੇਅਰਮੈਨ ਹੋਵੇ, ਉਹ ਤਲਖੜਕ ਆਵੇ ਮੰਦਰਾਂ 'ਚ, ਆਵੇ ਉਹ ਮੋਰੀਆਂ ਬਣਾਵੇ, ਗੱਲ ਦੇ ਵਿੱਚ ਚੁਣੀਆਂ ਪਵਾਵੇ, ਮਾਤਾ ਦੀਆਂ ਪਵਾਵੇ, ਰਾਮ ਦੀਆਂ ਪਵਾਵੇ, ਸਾਡੇ ਭੱਲੇ ਰਹਿ ਕੇ ਜਾਏ।
ਸਾਡਾ ਨੌਜਵਾਨ ਕੀ ਕਹੇਗਾ ਵੀ ਇਹ ਧਰਮ ਪ੍ਰਚਾਰ ਦਾ ਚੇਅਰਮੈਨ ਹੈ ਜੇ ਇਹ ਗੱਲ ਕਰ ਰਿਹਾ ਮੈਂ ਕੋਈ ਪਿੱਛੇ ਰਹਾਂ ਅਸੀਂ ਕੋਈ ਪਿੱਛੇ ਰਹੀਏ ਅਸੀਂ ਵੀ ਤਾਕਤ ਲਈਏ ਇਸ ਤਰ੍ਹਾਂ ਤਾਕਤ ਲਈਏ ਔਰ ਮੈਂ ਦੇਖ ਰਿਹਾ ਇਹਨਾਂ ਤੋਂ ਪਿੱਛੇ ਕਈ ਸਿੱਖ ਨੌਜਵਾਨ ਹੋਣ ਬੀ ਜੇ ਪੀ ਦੀ ਸਿੱਖ ਸਾਹਿਬ ਦੇ ਮੈਂਬਰ ਬਣਦੇ ਪਏ ਨੇ ਪ੍ਰਧਾਨ ਬਣਦੇ ਪਏ ਨੇ ਹਾਂਜੀ ਰਾਸ਼ਟਰੀ ਸਿੱਖ ਸੰਗਤ ਦੇ ਮੈਂਬਰ ਬਣਦੇ ਪਏ ਨੇ ਇਹ ਬੜਾ ਵੱਡਾ ਨੁਕਸਾਨ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਵਿਰੋਧੀ ਧਿਰ ਹੋਣ ਦੇ ਨਾਤੇ ਤੁਸੀਂ ਫਰਜ਼ ਨਹੀਂ ਨਿਭਾ ਸਕਦੇ ਦੇਖੋ ਗੱਲ ਹੈ ਤੁਸੀਂ ਪ੍ਰਚਾਰ ਨਹੀਂ ਕਰ ਸਕਦੇ ਕਿ ਤੁਹਾਨੂੰ ਕੀ ਲੱਗਦਾ ਵੀ ਜੇ ਤੁਸੀਂ ਪ੍ਰਧਾਨ ਹੋਵੋਗੇ ਜਾਂ ਤੁਹਾਡੇ ਭਰਾ ਪ੍ਰਧਾਨ ਹੋਣਗੇ ਤਾਂ ਹੀ ਸਾਰੇ ਕੰਮ ਹੋਣਗੇ ਤੁਹਾਨੂੰ ਜਾਂਚ ਹੈ ਪ੍ਰਚਾਰਕ ਤੁਹਾਡੇ ਕਹਿਣੇ ਦੇ ਵਿੱਚ ਨੇ ਤੁਸੀਂ ਪ੍ਰਚਾਰ ਦੀ ਇੱਕ ਲਹਿਰ ਛੇੜ ਸਕਦੇ ਸੀ ਦੇਖੋ ਗੱਲ ਹੈਗੀ ਕਿ ਲਹਿਰ ਛੇੜਨ ਦਾ ਸਾਡਾ ਗੱਲ ਵੀ ਸੀ ਪਰ ਦਿੱਲੀ ਕਮੇਟੀ ਦੇ ਉੱਪਰ ਜਿਹੜੇ ਪਾਰਟੀ ਹੁੰਦੀ ਹੈ ਸਿੰਘ ਸਭਾਵਾਂ ਵੱਡੀਆਂ ਉਹਨਾਂ ਨਾਲ ਚੱਲਦੀਆਂ ਛੋਟੀਆਂ ਸਿੰਘ ਸਭਾਵਾਂ ਕੋਲ ਉਹਨਾਂ ਨੂੰ ਪ੍ਰਚਾਰ ਕਰਨ ਵਾਲੀ ਗੱਲ ਹੈ ਨਹੀਂ ਅਸੀਂ ਫਿਰ ਵੀ ਉਹਨਾਂ ਨੂੰ ਬੁਲਾਇਆ ਈਵਨ ਪਰ ਇਤਨੇ ਅਸੀਂ ਕਾਮਯਾਬ ਨਹੀਂ ਹੋ ਸਕੇ ਜਿੰਨਾ ਸਾਨੂੰ ਹੋਣਾ ਚਾਹੀਦਾ ਸੀ ਸਾਨੂੰ ਜਿੱਥੇ ਮੌਕਾ ਮਿਲਿਆ ਸਾਨੂੰ ਮੌਕਾ ਮਿਲਿਆ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਸਥਾਨ 'ਤੇ ਸੇਵਾ ਕਰਨ ਦਾ ਅਤੇ ਅਸੀਂ ਸਾਰੇ ਇਹਨਾਂ ਸਾਰੇ ਪ੍ਰਚਾਰਕਾਂ ਨੂੰ ਲੈ ਕੇ ਗਏ ਸੀ ਵੀ ਉੱਥੇ ਜਾ ਕੇ ਕਥਾ ਕਰੋ ਤੁਸੀਂ ਅਸੀਂ ਮੌਕਾ ਗਵਾਇਆ ਨਹੀਂ ਪਰ ਜਿਤਨਾ ਸਾਨੂੰ ਮਿਲ ਸਕਿਆ ਅਸੀਂ ਉਸਦਾ ਇਸਤੇਮਾਲ ਕੀਤਾ ਪਰ ਉਤਨਾ ਨਹੀਂ ਕਰ ਸਕੇ ਜਿਤਨੀ ਸੰਗਤ ਦੀ ਜਾਂ ਦੁਨੀਆਂ ਦੇ ਜਿੰਨੀ ਲੋਕਾਂ ਨੇ ਆਸ ਲਈ ਸੀ ਉਸ ਆਸ 'ਤੇ ਓਨੇ ਖਰੇ ਨਹੀਂ ਉਤਰ ਸਕੇ ਜਿੰਨੇ ਹੋਣਾ ਚਾਹੀਦਾ ਸੀ ਅਸੀਂ ਦੇਖੋ ਗੱਲ ਹੈ ਜੀ ਖਰੇ ਅਸੀਂ ਇਹ ਉਤਰਿਆ ਹਾਂ ਮੈਂ ਪਹਿਲੇ ਤੁਹਾਡੀ ਇੱਕ ਗੱਲ ਦਾ ਜਵਾਬ ਦੇ ਰਿਹਾ ਤੁਸੀਂ ਮੈਨੂੰ ਤਾਂ ਪਹਿਲੇ ਕੀਤਾ ਕਿ ਤੁਹਾਡੇ ਦੋਵਾਂ ਤੋਂ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ 2005 ਦੀਆਂ ਚੋਣਾਂ ਸਨ 36 ਮੈਂਬਰ ਅਸੀਂ ਜਾ ਰਹੇ ਸਨ ਚੋਣ ਕਰਨ ਵਾਸਤੇ ਬਾਦਲਾਂ ਦੇ ਨਾਲ 10 ਰਹਿ ਗਏ ਸਨ ਮੈਂ ਆਪਣੇ ਸੀਨੀਅਰ ਮੈਂਬਰ ਭੱਜਣ ਸਿੰਘ ਵਾਲੀਆ ਨੂੰ ਕਿਹਾ ਸੀ ਬਈ ਤੂੰ ਪ੍ਰਧਾਨ ਬਣ ਮੈਂ ਹਰਵਿੰਦਰ ਸਿੰਘ ਨੂੰ ਨਹੀਂ ਬਣਾਉਂਦਾ ਉਹਨੇ ਕਿਹਾ ਜੀ ਨਾ ਇਹ ਪਾਲੀ ਦਾ ਹੱਕ ਹੈਗਾ ਇਹ ਬਣੇਗਾ ਮੈਂ ਨਹੀਂ ਬਣਦਾ ਅਸੀਂ ਆਫਰ ਕੀਤੀਆਂ ਮੀਟਿੰਗ ਸੱਦਾਂਗੇ ਜਿਹਦੇ ਵਿੱਚ ਅਸੀਂ ਕਹਾਂਗੇ ਮੈਂ ਆਪਣੇ ਭਰਾ ਨੂੰ ਪਾਸੇ ਕਰ ਦਿੰਦਾ ਵਾਂ ਉਹ ਤੇ ਬੜਾ ਇੱਕ ਰਾਜਨੀਤਿਕ ਗੇਮ ਹੁੰਦੀ ਹੈ ਇਤਨਾ ਚਲਾਕ ਪੋਲੀਟੀਸ਼ੀਅਨ ਮੈਂ ਹੈ ਨਹੀਂ ਨਾ ਮੈਂ ਕੰਨਾ ਨਾ ਮੈਂ ਚਲਾਕ ਹਾਂ ਮੈਂ ਤਾਂ ਸਿੱਧਾ ਗੁਰੂ ਦੇ ਭਾਣੇ ਗੁਰੂ ਦਾ ਹੁਕਮ ਮੰਨਣ ਦੇ ਵਾਲਾ ਸਿੱਖ ਹਾਂ ਇਸ ਵਾਸਤੇ ਇਹ ਕਨਿੰਗ ਜਿਹੜੇ ਔਰ ਇਹ ਜਿਹੜੀ ਹੈਗੀ ਇਹ ਬਾਦਲਾਂ ਕੋਲ ਹੈਗੀ ਮੇਰੇ ਕੋਲ ਨਹੀਂ ਹੈ ਮੈਨੂੰ ਮੇਰੇ ਵਾਲਦੈਨ ਨੇ ਇਹ ਕੁਝ ਨਹੀਂ ਸਿਖਾਇਆ ਮੇਰੇ ਗੁਰੂ ਨੂੰ ਇਹ ਨਹੀਂ ਸਿਖਾਇਆ ਕਿ ਮੈਂ ਇਸ ਤਰ੍ਹਾਂ ਕਨਿੰਗ ਪੁਣੇ 'ਚ ਆ ਕੇ ਕਰਾਂ ਮੈਂ ਤਾਂ ਇਹ ਨਹੀਂ ਹੈਗਾ ਮੈਂ ਇਹ ਗੱਲ ਦੱਸੋ ਦੁਬਾਰਾ ਰਿਹਾ ਮੇਰੇ ਚਿਹਰੇ 'ਤੇ ਕੋਈ ਮਲਾਲ ਦੇਖਦੇ ਪਏ ਬੰਦੇ ਤਾਂ ਮਰ ਜਾਂਦੇ ਨੇ ਮੰਜੀ ਪੈ ਜਾਂਦੇ ਨੇ ਮੈਨੂੰ ਤਾਂ ਸੁਖਾਲਪੁਰ ਨੇ ਸਿਹਤ ਵੀ ਠੀਕ ਦਿੱਤੀ ਹੈ ਹੈਂ ਮੈਂ ਉਸ ਤੋਂ ਬਾਅਦ ਹੋਰ ਕੀ ਮੈਨੂੰ ਚਾਹੀਦਾ ਹੁਣ ਜਿਹੜਾ ਕੱਲ੍ਹ ਦਾ ਮੈਟਰ ਸੀ ਜਿਹੜਾ ਕੱਲ੍ਹ ਦਾ ਮੈਟਰ ਆ ਤੁਹਾਡੇ ਮੁਤਾਬਕ ਹੁਣ ਤੱਕ ਕਿੰਨੇ ਕਰੋੜ ਦਾ ਘਟਾਲਾ ਹੋ ਚੁੱਕਾ ਹੈ ਦੇਖੋ ਜੀ ਮੈਂ ਇਸ ਅੰਦਾਜ਼ ਮੈਂ ਇਹਦੀ ਆਪਣੀ ਮਨਜੀਤ ਸਿੰਘ ਨੇ 2 ਮਹੀਨੇ ਪਹਿਲੇ ਕਿਹਾ ਸੀ ਵੀ 173 ਕਰੋੜ ਰੁਪਏ ਦਾ ਕਰਜ਼ਾ ਸਰਨੇ ਛੱਡ ਕੇ ਗਏ ਮੈਂ ਕਿਹਾ ਜੀ ਚੱਲ ਬਈ ਇੰਝ ਹੈਗਾ ਮੈਂ ਉਸ ਵੇਲੇ ਬਿਆਨ ਦਿੱਤਾ ਫੇਸਬੁੱਕ 'ਤੇ ਵਟਸਐਪ 'ਤੇ ਕਿ ਮੈਂ ਇੱਕ 4-5 ਮੈਂਬਰੀ ਕਮੇਟੀ ਬਣਾਉਂਦਾ ਜਿਸ ਸਰਦਾਰ ਸੁਰਿੰਦਰ ਸਿੰਘ ਕੋਹਲੀ ਚੇਅਰਮੈਨ ਪੰਜਾਬ ਨੈਸ਼ਨਲ ਬੈਂਕ ਸਰਦਾਰ ਤੁਲਸੀ ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਸਾਬਕਾ ਹਰਿੰਦਰਪਾਲ ਸਿੰਘ ਇੱਕ ਮੈਂਬਰ ਇੱਕ ਮੈਂ ਆਪਣਾ ਭੱਜਣ ਸਿੰਘ ਵਾਲੀਆ ਪਾਤਾ ਬਈ ਇਹਨਾਂ ਨੂੰ ਸਾਰਾ ਹਿਸਾਬ ਸਮਝਾ ਦੇਗਾ ਇਹਨਾਂ ਦਾ ਬਿਆਨ ਆਇਆ ਅਸੀਂ ਭੱਜਣ ਸਿੰਘ ਵਾਲੇ ਦੀ ਇਨਕੁਆਇਰੀ ਕਰਨੀ ਹੈ ਇਸ ਵਾਸਤੇ ਇਹ ਸਾਨੂੰ ਮਨਜ਼ੂਰ ਨਹੀਂ ਮੈਂ ਕਿਹਾ ਜੀ ਜਿਹੜਾ ਮਰਜ਼ੀ ਪਾ ਲਓ ਮੈਂ ਡਾਕਟਰ ਜਸਪਾਲ ਸਿੰਘ ਨੂੰ ਟੈਲੀਫੋਨ ਕੀਤੀ ਕੋਹਲੀ ਸਾਹਿਬ ਨੂੰ ਟੈਲੀਫੋਨ ਕੀਤੀ ਬਈ ਹੁਣ ਤੁਹਾਡਾ ਚੇਤਾ ਹੈਗਾ ਮਨਜੀਤ ਸਿੰਘ ਹੁਣ ਕਮੇਟੀ ਡਾਊਨ ਕਰਾਓ ਅਤੇ ਇਨਕੁਆਇਰੀ ਕਰੋ ਡਾਕਟਰ ਜਸਪਾਲ ਸਿੰਘ ਬੈਠਾ ਬਣ ਕਹਿੰਦੇ ਮੈਂ ਇਨਕੁਆਇਰੀ ਕਿਵੇਂ ਕਰਾਂ ਮੈਂ ਕਿਹਾ ਕੋਈ ਗੱਲ ਹੀ ਕੋਈ ਕੋਈ ਬਣੀਆਂ ਦੀ ਦੁਕਾਨ ਥੋੜ੍ਹੀ ਹੈ ਪਰਚੀ ਫੜ ਕੇ ਫੜ ਗਏ ਮੈਂ ਕਿਹਾ ਜੀ 23 ਇੰਸਟੀਟਿਊਸ਼ਨ ਹੈਗੇ ਆ ਚਿੱਠੀ ਲਿਖ ਦਿਓ ਉਹਨਾਂ ਨੂੰ ਪੁੱਛੋ 28 ਫਰਵਰੀ 2013 ਨੂੰ ਤੁਹਾਡੇ ਕੋਲ ਕੈਸ਼ ਹੈ ਨੈਣ ਕਿਤਨਾ ਕਰੰਟ ਅਕਾਊਂਟ ਕਿਤਨਾ ਅਤੇ ਤੁਹਾਡੀਆਂ ਵੀ ਓਕੇ ਮੈਂ ਕਿਹਾ ਇੱਕ ਹਫ਼ਤਾ ਲੱਗੇਗਾ ਉਹ ਸਾਰਾ ਬਾਹਰ ਆ ਜਾਏਗਾ ਤੁਹਾਨੂੰ ਪਤਾ ਲੱਗ ਜਾਏਗਾ ਕਲੀਅਰ ਹੈ ਸਰ ਮੈਂ ਕਿਹਾ ਜੀ ਕਲੀਅਰ ਹੋ ਜਾਏਗਾ ਕੀ ਹੈ ਕੀ ਨਹੀਂ ਬਾਕੀ ਮੈਂ ਕਿਹਾ ਇਹ ਤੁਹਾਡਾ 80-90 ਕਰੋੜ 'ਤੇ ਆ ਜਾਏਗਾ ਬਾਕੀ ਰਹਿ ਕੇ ਗੁਰਦੁਆਰਾ ਫੰਡ ਗੁਰਦੁਆਰਾ ਫੰਡ ਦੇ ਵਿੱਚ 8 ਕਰੋੜ ਰੁਪਇਆ ਕੈਸ਼ 6 ਕਰੋੜ ਰੁਪਇਆ ਰਿਕਾਵਾਂਗੇ ਦੀ ਡਿਵੈਲਪਮੈਂਟ ਦਾ ਅਤੇ 15 ਕਰੋੜ ਦੀਆਂ ਐਫਡੀਆਂ ਅਤੇ ਹੋਰ ਗੁਰਦੁਆਰਾ ਇਹ ਹੈਗੀਆਂ ਛੱਡ ਕੇ ਗਏ ਤੁਸੀਂ ਇਹ ਛੱਡ ਕੇ ਗਿਆ ਮੈਂ ਕਿਹਾ 101 ਕਰੋੜ ਘੱਟ ਜਾਂ 1 ਕਰੋੜ ਵੱਧ 2% ਨਹੀਂ ਹੋਏਗਾ 5% ਨਹੀਂ ਹੋਏਗਾ ਪਰ ਚਲੋ ਇਹ ਤਾਂ ਤੁਸੀਂ ਉਹਨਾਂ ਦੇ ਗਿਣਾ ਰਹੇ ਹੋ ਇੱਕ ਮਿੰਟ ਹੁਣ ਜਦ ਇਹਨੇ ਕਿਹਾ 173 ਕਰੋੜ ਹੈਗਾ ਘਾਟਾ
ਤੇ ਮੈਂ ਇਹ ਸਮਝ ਲਿਆ ਵੀ 123 ਕਰੋੜ ਇਹ ਖਤਮ, 173 ਕਰੋੜ ਇਹ ਕਹਿ ਰਿਹਾ, ਇਹਦਾ ਮਤਲਬ 300 ਕਰੋੜ ਕਿਸੇ ਚਲਾ ਗਿਆ ਵਿੱਚੋਂ। ਉੱਥੋਂ ਮੈਂ ਅੰਦਾਜ਼ਾ ਲਾਇਆ ਵੀ ਇਹ ਮਾਮਲਾ ਜਿਹੜਾ ਹੈਗਾ ਇਸ ਕਰੋੜਾਂ ਸੈਂਕੜੇ ਕਰੋੜਾਂ ਵਿੱਚ। ਇਹਦੇ ਬਾਰੇ ਸਰਦਾਰ ਹਰਵਿੰਦਰ ਸਿੰਘ ਸਰਨਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਨੁਕਸਾਨ ਹੋਏ ਨੇ ਤੁਹਾਡੇ ਕੋਲ ਵਿਦ ਪਰੂਫ ਹੈ ਸਾਰਾ ਕੁਛ? ਦੇਖੋ ਜੀ, ਗੱਲ ਇਹ ਹੈਗੀ ਜਿਸ ਦਿਨ ਇਹ ਕਾਗਜ਼ ਪਕੜੇ ਗਏ ਨੇ ਜੀ, ਉਸ ਤੋਂ 3-4 ਦਿਨ ਪਹਿਲਾਂ ਮੈਨੂੰ ਸਰਦਾਰ ਪਰਮਜੀਤ ਸਿੰਘ ਪੁੱਛਦਾ ਯਾਰ ਚੋਰੀ ਤਾਂ ਹੋਈ ਹੈ ਪਰ ਸਾਡੇ ਕੋਲ ਸਬੂਤ ਹੱਥ ਲੱਗ ਨਹੀਂ ਰਹੇ ਅਤੇ ਮੈਨੂੰ ਸਮਝ ਵੀ ਨਹੀਂ ਆ ਰਿਹਾ ਵੀ ਇਹ ਇਤਨਾ ਪੈਸਾ ਖਾ ਕਿੱਥੋਂ ਗਏ ਨੇ। ਮਹਾਰਾਜ ਨੇ ਵਿਧ ਬਣਾਉਣੀ ਹੁੰਦੀ ਹੈ, ਸਾਨੂੰ 3-4 ਦਿਨ ਬਾਅਦ ਸਾਡੇ ਹੱਥ ਕਾਗਜ਼ ਆ ਗਏ 82,000 ਫੇਕ ਬਿੱਲ ਕਿਤਾਬਾਂ ਦੇ ਛਪਵਾਈ ਦੇ, ਉਹ ਪਕੜੇ ਗਏ। ਇੱਕ ਆਡੀਓ ਵੀ ਬੜੀ ਵਾਇਰਲ ਹੋ ਰਹੀ ਹੈ ਉਹਨਾਂ ਬੰਦਿਆਂ ਨੇ ਜਿਨ੍ਹਾਂ ਦੀ ਕੰਪਨੀ ਸੀ ਜਿਨ੍ਹਾਂ ਨੇ ਛਪਵਾਈਆਂ ਸਨ, ਉਹਦੇ ਮਾਲਕ ਇਸੇ ਜਗ੍ਹਾ 'ਤੇ ਆਏ, ਅਸੀਂ ਪ੍ਰੈਸ ਕਾਨਫਰੰਸ ਕੀਤੀ, ਉਹ ਪ੍ਰੈਸ ਅੱਗੇ ਪੇਸ਼ ਹੋਏ। ਉਹਨਾਂ ਕਿਹਾ ਜੀ ਅਸੀਂ ਸਾਡੇ ਕੋਲ ਕੰਟੀਨ ਹੈਗੀ ਮਾਤਾ ਸੁੰਦਰੀ ਕਾਲਜ ਦੀ, ਅਸੀਂ 1988-99 ਤੋਂ ਗੁਰਦੁਆਰੇ ਦਾ ਕੰਮ ਕਰਦੇ ਪਏ, ਸਾਡਾ ਹੋਰ ਰੁਜ਼ਗਾਰ ਕੋਈ ਨਹੀਂ। ਇਹਨਾਂ ਨੇ ਸਾਨੂੰ ਕਿਹਾ ਜੀ ਸਾਨੂੰ ਬਿੱਲ ਚਾਹੀਦੇ ਨੇ, ਅਸੀਂ ਇਹਨਾਂ ਦੇ ਪ੍ਰੈਸ਼ਰ, ਅਸੀਂ ਇਹਨਾਂ ਦਿੰਦੇ ਕੋਈ ਹੋਰ ਦਿੰਦਾ ਤਾਂ ਸਾਡੇ ਕੋਲ ਕੰਮ ਵੀ ਚਲਾ ਜਾਂਦਾ। ਅਸੀਂ ਇਹਨਾਂ ਨੂੰ ਬਿੱਲ ਦਿੱਤੇ ਨੇ, ਅਸੀਂ ਐਡਜਸਟਮੈਂਟ ਕੀਤੀ ਹੈ। ਗਜ਼ਬ ਦੀ ਗੱਲ ਹੈ ਵੀ ਜਿਹੜੇ ਬਿੱਲ ਆਰਡਰ ਬਣਿਆ ਜੋਗਿੰਦਰ ਸਿੰਘ ਐਂਡ ਕੰਪਨੀ ਦਾ, ਬਿੱਲ ਆ ਰਿਹਾ ਖਾਲੀ ਜੋਗਿੰਦਰ ਸਿੰਘ ਦਾ, ਐਂਡ ਕੰਪਨੀ ਗਾਇਬ ਹੀ ਹੋ ਗਈ ਕਿਉਂਕਿ ਕੰਪਨੀ ਹੈ ਹੀ ਕੋਈ ਨਹੀਂ। ਐਡਰੈਸ ਦਿੱਤਾ ਜਾ ਰਿਹਾ K247 ਸ਼ਾਮ ਨਗਰ, ਉੱਥੇ ਕੋਈ ਸੁਰੇਸ਼ ਕੁਮਾਰ ਰਹਿੰਦਾ ਪਿਆ ਹੈ, ਉੱਥੇ ਪ੍ਰਿੰਟਿੰਗ ਪ੍ਰੈਸ ਹੀ ਕੋਈ ਨਹੀਂ ਹੈਗੀ, ਐਡਰੈਸ ਫੇਕ, ਬਿੱਲ ਦੇ ਉੱਪਰ ਕੋਈ GST ਨੰਬਰ ਨਹੀਂ, ਕੋਈ VAT ਨੰਬਰ ਨਹੀਂ, ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ, ਔਰ 25 ਲੱਖ ਰੁਪਏ ਦੇ ਬਿੱਲ ਬਣੇ ਨਾ ਉਹਦੇ ਉੱਪਰ ਕੋਈ VAT ਹੀ ਨਹੀਂ ਲੱਗਾ ਹੋਇਆ। ਇਹ ਕਲੀਅਰਲੀ ਸ਼ੋ ਕਰਦੇ ਨੇ ਵੀ ਇਹ ਫੇਕ ਬਿੱਲ ਹੈਗੇ। ਫਿਰ ਉਹਨਾਂ ਨੇ ਆ ਕੇ ਪ੍ਰੈਸ ਅੱਗੇ ਬਿਆਨ ਦਿੱਤੇ ਵੀ ਅਸੀਂ ਤਾਂ ਐਡਜਸਟਮੈਂਟ ਕੀਤੀ ਹੈ, ਇਹਦੇ ਇਸ ਤੋਂ ਪਹਿਲਾਂ ਇਹਨਾਂ ਨੇ ਇਹ 3 ਹਫ਼ਤੇ ਪਹਿਲੇ ਇਹਨਾਂ ਨੇ 75,000 ਇਸ਼ਤਿਹਾਰ ਗੁਰਦੁਆਰਾ ਕਮੇਟੀ ਤੋਂ ਛਪਵਾਏ ਨੇ। ਬਈ ਦੱਸੋ ਕੋਈ ਭਾਈਏ ਦਾ ਵਿਆਹ ਸੀ ਜਿਹੜਾ 75,000 ਇਸ਼ਤਿਹਾਰ ਛਪਵਾ ਲੈਣ ਤੁਸੀਂ, ਹੈਂ? ਨਾ ਕੋਈ ਗੁਰਪੁਰਬ, ਨਾ ਕੋਈ ਲੈਣੀ, ਨਾ ਕੋਈ ਦੇਣੀ, ਨਾ ਕੋਈ ਇਸ਼ਤਿਹਾਰ, ਬਸ ਐਵੇਂ ਹੀ ਬਿੱਲ 75,000 ਇਸ਼ਤਿਹਾਰਾਂ ਦੇ ਬਿੱਲ ਬਣੇ ਨੇ। ਨਹੀਂ ਇਸ਼ਤਿਹਾਰ ਕਾਹਦਾ ਸੀ, ਇਸ਼ਤਿਹਾਰ ਪੋਸਟਰ ਕਿੱਥੇ ਲੱਗਾ? ਪੋਸਟਰ ਲੱਗਾ ਹੈ ਹੀ ਕੋਈ ਨਹੀਂ ਤੇ ਕਹਿੰਦੇ ਲੱਗਾ, ਨਾ ਕਿਤਾਬਾਂ ਨਾ ਇਸ਼ਤਿਹਾਰ, ਨਾ ਬਿੱਲ ਬਣ ਗਏ। ਠੀਕ ਹੈ, ਹੁਣ ਇੱਕ ਟੋਰੋਂਟੋ ਦੇ ਸਰਦਾਰ ਸਾਹਿਬ ਹਨ ਸਰਦਾਰ ਹਰਭਜਨ ਸਿੰਘ ਢਿੱਲੋਂ, ਉਹਨਾਂ ਨੇ June 2016 ਦੇ ਵਿੱਚ $1,00,000 ਦਾਨ ਦਿੱਤਾ ਗੁਰੂ ਹਰਕ੍ਰਿਸ਼ਨ ਸਕੂਲ ਸੁਸਾਇਟੀ ਨੂੰ, ਜਿਹੜੇ ਸਾਡੇ ਸਕੂਲ ਹੈਗੇ ਦਿੱਲੀ ਕਮੇਟੀ ਦੇ, ਇਹਨਾਂ ਨੂੰ ਸੁਸਾਇਟੀ ਚਲਾਉਂਦੀ ਹੈ ਜੀ। ਉਹਨਾਂ ਨੇ ਸੁਸਾਇਟੀ ਦੇ ਨਾਂ 'ਤੇ ਬੱਚਿਆਂ ਦੇ ਵਾਸਤੇ, ਗਰੀਬ ਬੱਚਿਆਂ ਵਾਸਤੇ $1,00,000 ਦਾਨ ਦਿੱਤੇ। 30 June 2016 ਨੂੰ ਐਸ ਪਰ ਔਨ ਦੈਟ ਡੇ ਰਿਜ਼ਰਵ ਬੈਂਕ ਦੇ ਜੋ ਰੇਟ ਨਿਕਲੇ $Canadian ਦੇ, ਉਹ ਰੁਪਈਏ 'ਚ ਕਨਵਰਟ ਹੋ ਗਿਆ ਰੁਪਈਆ 51,05,773.20 ਪ੍ਰਸਾਈਜ਼ਲੀ ਉਹ ਬੈਂਕ ਦੇ ਵਿੱਚ ਆ ਗਏ। ਠੀਕ ਹੈ, ਇਹਨਾਂ ਨੇ ਉਸੇ ਦਿਨ 30 June 2016 ਨੂੰ ਗੁਰਦੁਆਰਾ ਕਮੇਟੀ ਦਾ ਇੱਕ ਵੋਚਰ ਪਾ ਦਿੱਤਾ, 51,05,773 ਅਸੀਂ ਦਾਨ ਦਿੱਤੇ ਗੁਰੂ ਹਰਕ੍ਰਿਸ਼ਨ ਸਕੂਲ ਸੁਸਾਇਟੀ ਨੂੰ ਕੈਸ਼, ਉਹ ਚੁੱਕ ਕੇ ਕੈਸ਼ ਲੈ ਗਏ ਘਰ। ਹੁਣ ਰਕਮਾਂ ਆਈਆਂ ਦੋ ਸਕੂਲ ਦੇ ਵਿੱਚ, ਇੱਕ ਹਰਭਜਨ ਸਿੰਘ ਢਿੱਲੋਂ ਦੀ, ਇੱਕ ਦਿੱਲੀ ਗੁਰਦੁਆਰਾ ਕਮੇਟੀ ਦੀ। ਤੁਸੀਂ ਗੱਲ ਨੂੰ ਫਾਲੋ ਕਰੋ, ਬਿਲਕੁਲ ਜੀ ਕਰਕੇ, ਪਰ ਗੁਰੂ ਹਰਕ੍ਰਿਸ਼ਨ ਸਕੂਲ ਸੁਸਾਇਟੀ 'ਚ ਖਾਲੀ ਇੱਕ ਰਕਮ ਜਮ੍ਹਾਂ ਹੈਗੀ, ਦੂਸਰੀ ਰਕਮ ਹੀ ਕੋਈ ਨਹੀਂ, ਦੂਸਰੀ ਰਕਮ ਹੈ ਘਰ ਰਹਿ ਗਏ 51 ਲੱਖ ਰੁਪਇਆ ਪੂਰਾ ਹੀ ਸਾਫ ਕਰਕੇ। ਉਹ ਲੈ ਕੇ ਕੌਣ ਗਿਆ ਘਰੇ? ਆਫਕੋਰਸ ਪ੍ਰਧਾਨ ਲੈ ਕੇ ਗਿਆ, ਪ੍ਰਧਾਨ ਹੈ ਨਹੀਂ ਜੀ, ਯਾ ਕੀ ਹੈ, ਪ੍ਰਧਾਨ ਹੀ ਪ੍ਰਧਾਨ ਹੈ, ਉਹਨੇ ਆਪਣੇ ਨਾਲ ਜਿਹੜੇ ਨਾਲ ਚੱਕੇ ਪਾਏ ਹੋਏ ਨੇ ਜਿਹਨਾਂ ਨੂੰ ਹਿੱਸਾ ਪੱਤੀ ਦਿੰਦਾ, ਉਹ ਹੋਣੇ ਨਾਲ, ਓਨਰਸ ਆਫ ਰਿਸਪੋਂਸੀਬਿਲਟੀ ਇਜ਼ ਔਨ ਪ੍ਰੈਜ਼ੀਡੈਂਟ। ਓਕੇ, ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕਿੰਨੇ ਕੁ ਇਹਨਾਂ ਦੇ ਘਟਾਲੇ ਖੋਲ੍ਹ ਚੁੱਕੇ ਹੋ? ਕੋਈ ਤਕਰੀਬਨ ਸਮਝ ਲਓ ਜੀ 2.5 ਕਰੋੜ ਰੁਪਏ ਦੇ ਹੈਗੇ, 2.5 ਕਰੋੜ ਰੁਪਏ ਦੇ। ਇਹ ਤਾਂ ਕੁਛ ਵੀ ਨਹੀਂ ਹੈਗਾ ਜੀ, ਜਿਸ ਦਿਨ ਇਹਨਾਂ ਦੀ ਆਡਿਟਿੰਗ ਸ਼ੁਰੂ ਹੋਈ ਉਸ ਦਿਨ ਇਹਨਾਂ ਦੇ ਘੁਟਾਲੇ ਨਿਕਲਣਗੇ, ਟੈਂਟਾਂ ਦੇ ਘੁਟਾਲੇ,
ਸਬਜ਼ੀਆਂ ਦੇ ਘੁਟਾਲੇ, ਡੀਜ਼ਲ ਦੇ ਘੁਟਾਲੇ, ਵਕੀਲਾਂ ਦੇ ਘੁਟਾਲੇ। ਸਬਜ਼ੀਆਂ ਦੇ ਘੁਟਾਲੇ ਤੁਹਾਡੇ ਵੇਲੇ ਵੀ ਹੋਏ ਆ? ਆਹ ਮੈਂ ਪੰਫਲੇਟ ਬਿਲਕੁਲ ਨਾਲ ਲੈ ਕੇ ਆਇਆ ਮੈਂ, ਤੇ ਜਿਨ੍ਹਾਂ ਨੇ ਜਾਰੀ ਕੀਤਾ ਕਰਤਾਰ ਸਿੰਘ ਕੋਚਰ। ਇੱਕ ਸੈਕਿੰਡ ਜੀ, ਮੈਂ ਤੁਹਾਨੂੰ ਤਾਂ ਜਵਾਬ ਦੇ ਰਿਹਾ। ਕਰਤਾਰ ਸਿੰਘ ਕੋਛੜ ਨੇ ਇਸ ਘੁਟਾਲੇ ਬਾਰੇ ਕੋਰਟ ਦੇ ਵਿੱਚ ਮੁਕੱਦਮਾ ਦਾਇਰ ਕੀਤਾ ਔਰ ਕੋਰਟ ਦੇ ਵਿੱਚ ਛੰਟੀ ਦੇ ਖਿਲਾਫ ਮੁਕੱਦਮਾ ਕੀਤਾ, ਸਾਡੇ ਖਿਲਾਫ ਨਹੀਂ ਕੋਈ ਕੀਤਾ। ਪਰ ਛੰਟੀ ਉਦੋਂ ਤੁਹਾਡੇ ਨਾਲ ਸੀ? ਇੱਕ ਮਿੰਟ ਖੋਟ ਜੀ, ਉਸ ਜੇ ਨਾ ਤਾਂ ਸਾਡੇ ਜੀ ਆਪਾਂ ਹੁਣੇ ਗੱਲ ਕਰ ਸਕਦੇ ਆ, ਨਾ ਤਾਂ ਸਾਡੇ ਕਰਤਾਰ ਸਿੰਘ ਕੋਛੜ ਵੀ ਸੀ, ਆਪਾਂ ਇਹ ਗੱਲ ਹੁਣ ਕਹਿ ਸਕਦੇ ਆ ਜਾਂ ਪ੍ਰਧਾਨ ਖਾ ਗਿਆ ਜਾਂ ਪ੍ਰਧਾਨ ਦੇ ਨਾਲ ਦੇ ਖਾ ਗਏ, ਤੇ ਜੇ ਤੁਹਾਡੇ ਵੇਲੇ ਵੀ ਤੁਹਾਡੇ ਅਗਲੇ ਬੰਦੇ ਖਾ ਰਹੇ ਸੀ ਵੀ ਤੁਹਾਡਾ ਨਾਮ ਤੇ ਵਿੱਚ ਆਏਗਾ ਨਾ। ਪਹਿਲੀ ਗੱਲ ਤੇ ਹੈਗੀ, ਕਰਤਾਰ ਸਿੰਘ ਕੋਚੜ ਨੂੰ ਕੋਈ ਮੁੰਡਾ ਤਾਂ ਤੇਰਾ ਹੈ ਨੀ, ਧੀਆਂ ਹੈਗੀਆਂ ਤੇਰਾ, ਤੂੰ ਧੀਆਂ ਦੇ ਸਿਰ ਤੇ ਹੱਥ ਰੱਖ ਕਹਿ ਸਕਦਾ ਕਿ ਸਾਰੇ ਬਿੱਲ ਤੂੰ ਕਲੀਅਰ ਕਰਕੇ ਤੇ ਤਾਂ ਮੈਂ ਦਸਖਤ ਕਰਦਾ ਸਾਂ, ਹੈਂਜੀ ਸਾਰੀ ਕੈਸ਼ ਟ੍ਰਾਂਜੈਕਸ਼ਨ ਤੂੰ ਤੇ ਛੰਟੀ ਵੇਖਦੇ ਸਾਂ। ਦੂਸਰੀ ਗੱਲ, ਭਾਵੇਂ ਦੋਵੇਂ ਹੀ ਕਰਪਟ ਸਨ, ਪ੍ਰਧਾਨ ਤੇ ਤੁਸੀਂ ਸੀ ਨਾ, ਪ੍ਰਧਾਨ ਤੇ ਤੁਸੀਂ ਸੀ। ਇੱਕ ਮਿੰਟ ਮੈਨੂੰ ਇਹ ਦੱਸੋ, ਛੰਟੀ ਜਨਰਲ ਸਕੱਤਰ ਤੇ ਕਰਤਾਰ ਸਿੰਘ ਜੁਆਇੰਟ ਸਕੱਤਰ, ਹੈਂਜੀ ਇਹ ਖਰੀਦੇ ਸਨ ਮਾਲ ਸਬਜ਼ੀ ਕੈਸ਼, ਹੈਂਜੀ ਕੈਸ਼ ਦੀ ਸਿੱਧੀ ਪਰਚੀ ਜਿਹੜੀ ਸੀ ਕੈਸ਼ੀਅਰ ਕੋਲ ਪੈਸੇ ਲੈ ਕੇ ਚਲੇ ਜਾਂਦੇ ਸਨ, ਇਹ ਮੇਰੇ ਕੋਲ ਆਉਂਦਾ ਹੀ ਨਹੀਂ ਸਨ, ਇਹ ਪ੍ਰੋਸੀਜਰ ਨਹੀਂ ਸੀ ਮੇਰੇ ਕੋਲ ਆਉਣ ਦਾ ਕੈਸ਼ ਸਬਜ਼ੀ ਖਰੀਦਣ ਦਾ। ਹੁਣ ਦੂਸਰੀ ਗੱਲ, ਕਰਤਾਰ ਸਿੰਘ ਕੋਛੜ ਕਹਿ ਰਿਹਾ ਨਾ, ਹੁਣ ਇਹ ਵੀ ਕਹਿ ਰਹੇ ਨੇ, ਬਾਦਲ ਵੀ ਕਹਿ ਰਹੇ ਨੇ ਵੀ ਛੰਟੀ ਨੇ ਸਬਜ਼ੀ ਦੇ ਘੁਟਾਲੇ ਕੀਤੇ, ਇਹਨਾਂ ਪੁੱਛੋ ਜੇ ਘੁਟਾਲੇ ਕੀਤੇ ਸਨ ਤਾਂ ਮੇਰੇ ਕੋਲੋਂ ਤੋੜ ਕੇ ਉਸਨੂੰ ਆਪਣੇ ਪਾਰਟੀ 'ਚ ਕਿਉਂ ਲਾਇਆ ਨੇ? ਜਿਸ ਨੇ ਘੁਟਾਲੇ ਕੀਤੇ ਸਨ ਤੇ ਮੇਰੇ ਕੋਲ ਜਨਰਲ ਸਕੱਤਰ ਸੀ, ਉਸਨੂੰ ਲਾਲਚ ਦੇ ਕੇ ਤੁਸੀਂ ਉਹਨੂੰ ਆਪਣੇ ਕੋਲ ਕਿਉਂ ਲਾਇਆ? ਫਿਰ ਤੁਸੀਂ ਹੁਣ ਜਨਰਲ ਸਕੱਤਰੀ ਦਾ ਲਾਲਚ ਦਿੱਤਾ ਸੀ ਵੀ ਤੁਹਾਨੂੰ ਜਨਰਲ ਸਕੱਤਰ ਬਣਾਵਾਂਗੇ, ਪੈਸੇ ਵੀ ਖਾਧੇ ਇਹਨਾਂ ਨੇ ਕਰੋੜ ਰੁਪਈਆ, ਲੁਧਿਆਣੇ ਇੱਕ ਹੈਗਾ ਉਹਦੇ ਰਾਹੀਂ ਇਹਨਾਂ ਨੇ ਕਰੋੜ ਰੁਪਇਆ ਖਾਧਾ, ਮਨਜੀਤੇ ਨੇ ਖਾਧਾ ਕਿ ਸੁਖਬੀਰ ਖਾਧਾ, ਇਹਨਾਂ ਨਹੀਂ ਪਤਾ ਇਹਨੂੰ ਕਿਉਂ ਲਾਇਆ? ਕਰਤਾਰ ਸਿੰਘ ਕੋਛੜ ਨੂੰ ਪੁੱਛੋ ਵੀ ਤੂੰ ਜੇ ਅੱਜ ਇਸ਼ਤਿਹਾਰ ਕੱਢ ਰਿਹਾ ਕਿਹੜੇ ਮੂੰਹ ਨਾਲ ਕੱਢ ਰਿਹਾ? ਤੂੰ ਕੇਸ ਪਾ ਕੇ ਕੇਸ ਵਿਡਰਾ ਕਿਉਂ ਕੀਤਾ? ਛੰਟੀ ਕੋਲ ਪੈਸੇ ਖਾ ਗਿਆ ਕਿਸ ਵਾਸਤੇ? ਹੁਣ ਤੂੰ ਉਹਨਾਂ ਨੂੰ ਕਿਹਾ ਸੀ ਮੈਨੂੰ ਦਿਓ, ਮੈਂ ਮਨਜੀਤ ਦੇ ਕੋਲ ਗਿਆ ਤਾਂ ਹੁਣਾਂ ਕੀਤੀਆਂ ਸੀ। ਮੇਰੀ ਇੱਕ ਬੇਨਤੀ ਸੁਣੋਗੇ? ਹਾਂਜੀ। ਮੰਨ ਲਓ ਉਹਨੂੰ ਬਾਦਲ ਲੈ ਗਿਆ, ਆਪਾਂ ਬਾਦਲ ਦੇ ਉੱਪਰ ਕਰ ਦਿੱਤੇ ਵੀ ਜੇ ਬੰਦਾ ਕਰਪਟ ਸੀ ਤੂੰ ਆਪਣੇ ਕੋਲ ਕਿਉਂ ਲੈ ਕੇ ਗਿਆ? ਉਹ ਸਾਰਾ ਮੈਟਰ ਹੈ ਬਾਅਦ ਦਾ, ਪਰ ਤੁਹਾਡੇ ਵੇਲੇ ਜੋ ਕੁਝ ਹੋਇਆ ਆਹ ਹੁਣ ਜਿਹੜੇ ਬਿੱਲ ਨੇ, ਪਹਿਲਾਂ ਤਾਂ ਮੈਨੂੰ ਸਿਰਫ ਇੰਨਾ ਦੱਸ ਦਿਓ ਵੀ ਚਲੋ ਕਰਤਾਰ ਸਿੰਘ ਕੋਛੜ ਝੂਠਾ, ਸਾਰਾ ਕੁਝ ਝੂਠਾ, ਆਹ ਬਿੱਲ ਤਾਂ ਸੱਚੇ ਹੈ ਕਿ ਨਹੀਂ ਸੱਚੇ ਜੀ? ਆਹ ਜਿਹੜੇ ਬਿੱਲ ਨੇ ਇਹ ਤੁਸੀਂ ਪੜ੍ਹ ਕੇ ਦਿਖਾ ਦਿਓ ਵੀ ਇਹ ਬਿੱਲ ਇਹ 'ਚ ਕੁਝ ਪੜਿਆ ਜਾ ਰਿਹਾ ਕਿ ਇਹ ਬਿੱਲ ਪਾਸ ਨਹੀਂ ਹੋਏ ਤੁਹਾਡੇ ਵੇਲੇ ਨਹੀਂ ਹੋਣਾ? ਇੱਕ ਮਿੰਟ ਹਾਂਜੀ, ਮੇਰੇ ਦਸਖਤ ਦੱਸੋ ਮੈਂ ਕਿੱਥੇ ਪਾਸ ਕੀਤਾ? ਨਹੀਂ ਤੁਹਾਡੇ ਦਸਖਤ ਨਹੀਂ ਗਏ, ਪਰ ਗਿਆ ਤੇ ਅਸੀਂ ਦਿੱਲੀ ਕਮੇਟੀ ਦੇ ਵਿੱਚ ਹੋ ਗਿਆ, ਤੁਹਾਡੇ ਵੇਲੇ ਪਾਸ ਹੋਏ ਨੇ। ਇੱਕ ਮਿੰਟ ਮੈਂ ਕਦੀ ਕਲੇਮ ਨਹੀਂ ਕੀਤਾ ਕਿ ਮੇਰੇ ਟਾਈਮ ਕਰਪਸ਼ਨ 0% ਸੀ, ਮੈਂ ਕਲੇਮ ਇਹ ਕੀਤਾ ਮੇਰੇ ਟਾਈਮ ਕਰਪਸ਼ਨ ਮਿਨੀਮਮ ਸੀ, ਸਮਝੇ? ਮੇਰੇ ਹੱਥੋਂ ਨਿਕਲ ਕੇ ਕੋਈ ਕਰਪਟ ਕਾਗਜ਼ ਪਾਸ ਹੋ ਕੇ ਦਿਖਾ ਦਿਓ 1 ਰੁਪਏ ਦਾ ਮੇਨ ਪਰਚੇਜ, ਹੁਣ ਮੈਂ ਰੋਜ਼ ਸਬਜ਼ੀ ਖਰੀਦਣ ਦਾ ਜਾਣਾ ਨਹੀਂ। ਹੁਣ ਮਨਜੀਤ ਸਿੰਘ ਜੀਕੇ ਗੱਲ ਕਹਿ ਦੇਵੇ ਵੀ ਆਹ ਬਿੱਲ ਪਾਸ ਹੋਇਆ ਮੇਰੇ ਸਾਈਨ ਨਹੀਂ, ਉਹਦੇ ਸਾਈਨ ਹੈਗੇ, ਉਹਦੇ ਸਾਈਨ ਹੈਗੇ, ਮੰਨ ਲਓ ਕਿਤੇ ਕਿਸੇ ਮਨਜੀਤ ਸਿੰਘ ਜੀ ਨਹੀਂ 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 ਮਨਜੀਤ ਸਾਰੇ ਦਸਖਤ ਮਨਜੀਤ ਦੇ ਦਸਖਤ ਹੀ ਨਹੀਂ ਤੁਹਾਡੀ ਪ੍ਰਧਾਨਗੀ ਦੇ ਦੌਰਾਨ ਜੇ ਇਹ ਪਾਸ ਹੋਏ ਨੇ ਤੇ ਦੋਸ਼ੀ ਤੇ ਪ੍ਰਧਾਨ ਨੂੰ ਵਿਚਕਾਰ ਮੰਨਿਆ ਜਾਊਗਾ? ਇੱਕ ਮੇਰੀ ਗੱਲ ਸੁਣ ਲਓ, ਨਾਲੇ ਅਗਲੀ ਗੱਲ ਦੱਸਦਾ ਮੈਂ, ਇਹ ਬਿੱਲ ਵੀ ਪਾਸ ਹੋ ਗਏ ਤੇ ਸਬਜ਼ੀ ਆਈ ਕੋਈ ਨਹੀਂ, ਕਿਹੜੀ ਗਜ਼ਬ ਦੀ ਗੱਲ ਹੈ? ਦੇਖੋ ਮੇਰੀ ਗੱਲ ਸੁਣੋ, ਇਹ ਤੇ ਹੁਣ ਇਹਨੂੰ ਇਹ ਪੁੱਛੋ ਕੋਚੜ ਨੂੰ ਵੀ ਤੈਨੂੰ ਮੈਂ ਰੱਖਿਆ ਹੋਇਆ ਸੀ ਇਸ ਵਾਸਤੇ, ਤੇ ਛੰਟੀ ਮੇਰੇ ਨਾਲ ਨਾਰਾਜ਼ ਵੀ ਇਸ ਵਾਸਤੇ ਹੋਇਆ ਸੀ ਕਿ ਇਹ ਕੋਚੜ ਨੂੰ ਤਰਜੀਹ ਮੇਰੇ ਨਾਲੋਂ ਜ਼ਿਆਦਾ ਦਿੰਦਾ ਹੈ। ਛੰਟੀ ਮੇਰੇ ਨਾਲ ਜੇ ਵਿਗੜਿਆ ਨਾ ਉਹਦਾ ਕਾਰਨ ਇੱਕ ਇਹ ਵੀ ਸੀ, ਪਰ ਮੈਂ ਕਾਊਂਟਰ ਚੈੱਕ ਕਰਨ ਵਾਸਤੇ ਮੈਂ ਕੋਚੜ ਨੂੰ ਇਮਾਨਦਾਰ ਸਮਝ ਲਿਆ ਹੈ ਵੀ ਇਹ ਕਾਊਂਟਰ ਚੈੱਕ ਕਰੇ, ਪਰ ਕੋਚੜ ਦੀਆਂ ਤਾਂ ਮੈਂ ਆਪ 1 ਦਰਜਨ ਬਿੱਲ ਫਾੜੇ, 1.5 ਦਰਜਨ ਬਿੱਲ ਫਾੜੇ, ਜਿਹੜਾ ਇਹ ਕੰਮ ਕੀਤਾ ਹੋਇਆ ਲਿਆ ਕੇ ਦੇਦਾ ਸੀ ਮੇਰੇ ਕੋਲ ਗੁਰੂ ਦੀ ਬਖਸ਼ਿਸ਼ ਨਾਲ, ਮੈਨੂੰ ਪਤਾ ਲੱਗਣਾ ਸੀ ਮੈਂ ਚੁੱਕ ਜਿਹਲੇ ਮੈਂ ਕਿਹਾ ਮੈਂ ਨਹੀਂ ਕਰਦਾ, ਇਹ ਫਿਰ 3 ਮਹੀਨੇ ਬਾਅਦ ਬਿੱਲ ਨਵਾਂ ਬਣਾ ਕੇ ਲਿਆ ਕਰੇ, ਮੈਂ ਫਿਰ ਫਾੜ ਕੇ ਸੁੱਟ ਦਿੱਤੇ, ਇਹ ਲੈ ਬਈ ਜਾ ਨਹੀਂ ਦੇਣੇ ਪੈਸੇ ਤਾਂ ਤੂੰ ਗਲਤ ਕੰਮ ਕਰਦਾ ਪਿਆ, ਇਹ ਕਿੱਥੋਂ ਦਾ ਦੁੱਧਾ ਧੋਤਾ ਹੋਇਆ? ਮੈਂ ਜ਼ਿੰਮੇਵਾਰੀ ਆਪਣੀ ਲੈਂਦਾ। ਦੇਖੋ ਦਿੱਲੀ ਕਮੇਟੀ ਦੀਆਂ ਹੈਗੀਆਂ ਪਰਚੇ, ਹੁਣ ਸਬਜ਼ੀ ਤਾਂ ਮੈਂ ਨਹੀਂ ਖਰੀਦੀ, ਜਦ ਮੈਨੂੰ ਪਤਾ ਲੱਗਿਆ ਬਈ ਹੈ ਮੈਂ ਸਬਜ਼ੀ ਗੁਰਦੁਆਰੇ ਦੇ ਮੈਨੇਜਰ ਕੋਲ ਖਰੀਦਵਾਈ ਹੈ, ਹੈ ਜੀ
ਇੱਕ ਦਸਖਤ ਕੈਸ਼ ਦੇਣ ਦੇ ਕਿਤੇ ਮੇਰੇ ਦਸਖਤ ਨਹੀਂ ਹੈਗੇ। ਇਹ ਬਾਰ ਬਾਰ ਲੈ ਕੇ ਤਾਂ ਮਤਲਬ ਉਸ ਵਕਤ ਜਿਹੜਾ ਕੁੰਬਾ ਸੀ ਉਹ ਸਾਰਾ ਸੀ। ਹੁਣ ਲੰਗਰ ਵਾਸਤੇ ਸਬਜ਼ੀ ਆਉਣੀ ਹੈ, ਮੈਂ ਕਹਾਂ ਜੀ ਨਹੀਂ ਜੀ ਸਬਜ਼ੀ ਪਹਿਲੇ ਕਰਾਓ ਜੀ, ਤਾਂ ਉਹ ਗੱਲ ਹੈ ਤੁਸੀਂ ਉਹਦਾ ਨਾਂ ਕੀ ਉਹਨੂੰ ਪੁੱਛੋ, ਉਹਨੂੰ ਪੁੱਛੋ ਨਾ ਤੂੰ ਜੇ ਰੋਜ਼ ਬੈਠਾ ਹੁੰਦਾ ਸਾ ਉੱਥੇ, ਤੂੰ ਕਿਉਂ ਨਹੀਂ ਦੱਸਿਆ ਵੀ 40,000 ਦੀ ਸਬਜ਼ੀ ਰੋਜ਼ ਆਉਂਦੀ ਪਈ ਹੈ, ਤੂੰ ਕਿਉਂ ਨਹੀਂ ਦੱਸਿਆ 50,000 ਦੀ ਸਬਜ਼ੀ ਆਈ ਹੈ ਜਿਹੜੀ ਆਈ ਨਹੀਂ ਹੈ, ਵਾਈ ਯੂ ਆਰ ਮਮ ਐਟ ਦੈਟ ਟਾਈਮ, ਵਾਈ ਅਸਲ ਦੋਸ਼ੀ ਤਾਂ ਕੋਚੜ ਹੈ, ਫਿਰ ਅਸਲ ਦੋਸ਼ੀ ਜਿਹੜੀ ਬੇਈਮਾਨੀ ਹੈ ਤਾਂ ਕੋਚੜ ਦੀ ਹੈ, ਦੱਸ ਤੂੰ ਤੂੰ ਕਿਉਂ ਚੁੱਪ ਰਿਹਾ, ਤੇਰਾ ਹਿੱਸਾ ਸੀ ਵਿੱਚ, ਹਿੱਸਾ ਸੀ ਉਹਦਾ ਸਰ ਜੀ, ਖਾਲੀ 123 ਕਰੋੜ ਨਹੀਂ ਹੈ, 2007 ਤੋਂ ਲੈ ਕੇ 2012 ਦਸੰਬਰ ਤੱਕ 60-70 ਕਰੋੜ ਦੇ ਮੈਂ ਕੰਮ ਕਰਾਇਆ, ਅੰਮ੍ਰਿਤਸਰ ਦੀ ਸਲਾਨ ਤੇ ਲੱਗਾ 18-19 ਕਰੋੜ। ਇਹ ਤਾਂ ਮੰਨਦੇ ਹੋ ਕਰਪਸ਼ਨ ਤੁਹਾਡੇ ਵੇਲੇ ਵੀ ਸੀ? ਮੈਂ ਤਾਂ ਕਦੀ ਵੀ ਦੇਖੋ ਗੱਲ ਸੁਣੋ, ਇੱਕ ਇੰਟਰਨੈਸ਼ਨਲ ਮੱਖੂ ਸਾਹਿਬ ਕਰਪਸ਼ਨ ਜਿਹੜੀ ਹੈਗੀ ਇੱਕ ਇੰਟਰਨੈਸ਼ਨਲ ਫਿਨਾਮਨਾ ਹੈਗਾ, ਭਾਵੇਂ ਮੁਲਕ ਲੈ ਲਓ ਅਦਾਰੇ ਲੈ ਲਓ, ਇਹ ਬੰਦਾ ਚਾਹੀਦਾ ਵੀ ਤੁਸੀਂ ਕਿਤਨੀ ਮਿਨੀਮਾਈਜ਼ ਕਰ ਸਕਦੇ ਹੋ, ਅਸੀਂ ਉਸਨੂੰ ਰਾਕ ਬਾਟਮ ਤੇ ਲਿਆਇਆ, ਕੋਈ ਇੱਕ ਐਸਾ ਚੀਜ਼ ਨਹੀਂ ਤੁਹਾਨੂੰ ਮਿਲੇਗੀ ਜਿੱਥੇ ਪਰਮਜੀਤ ਸਿੰਘ ਨੇ ਕੋਈ ਐਸੇ ਗਲਤ ਦਸਖਤ ਤੁਹਾਨੂੰ ਮਿਲੇ ਹਨ, ਔਰ ਜਿਹੜੀ ਸਾਡੀ ਨਿਗਾਹ ਤੋਂ ਚੀਜ਼ ਨਿਕਲ ਜਾਏ ਉਹ ਹੋ ਨਹੀਂ ਸਕਦੇ। ਉਦੋਂ ਵੀ ਵੱਡੀ ਹੈਰਾਨਗੀ ਦੀ ਗੱਲ ਹੈ ਵੀ ਕਰੋੜਾਂ ਦੇ ਬਿੱਲ ਤੁਹਾਡੀ ਨਜ਼ਰ ਦੇ ਆਸੇ ਪਾਸੇ ਦੇ ਪਾਸ ਕੋਈ ਕਰੋੜਾਂ ਦੇ ਨਹੀਂ ਹੈਗੇ ਜੀ। ਮੈਨੂੰ ਇਹ ਗੱਲ ਦੱਸੋ ਤੁਸੀਂ ਸਾਈਨ ਕੀਤੇ ਜਾਂ ਨਹੀਂ ਕੀਤੇ, ਗੁਰੂ ਕੀ ਗੋਲ ਨੂੰ ਘਾਟਾ ਪਿਆ ਕਿ ਨਹੀਂ ਪਿਆ? ਇੱਕ ਪ੍ਰੋਸੀਜਰ ਹੈਗਾ ਦਿੱਲੀ ਕਮੇਟੀ ਦਾ, ਦਿੱਲੀ ਕਮੇਟੀ ਦਾ ਪ੍ਰੋਸੀਜਰ ਹੋਵੇ ਨਾ ਹੋਵੇ ਘਾਟਾ ਤੇ ਗੁਰੂ ਕੀ ਗੋਲ ਨੂੰ ਪੈ ਗਿਆ ਨਾ, ਚਲੋ ਉਹ ਵੀ ਛੱਡ ਦਿਓ, ਨਹੀਂ ਨਹੀਂ ਉਹ ਛੱਡ ਦਿਓ, ਨਹੀਂ ਨਹੀਂ ਹਸਪਤਾਲ ਵਾਲੇ ਪਾਸੇ ਆ ਜਾਈਏ, ਛੱਡਾਂਗੇ ਨਹੀਂ ਕੋਈ ਗੱਲ, ਹਸਪਤਾਲ ਵਾਲੇ ਪਾਸੇ ਆ ਜਾਈਏ, ਨਹੀਂ 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 ਪਹਿਲਾਂ ਇੱਥੇ ਆ ਜਾਓ, ਹਾਂ ਇਹ ਬੈਠਾ ਹੋਇਆ ਜਾ ਕੇ ਮਹਿੰਦਰ ਸਿੰਘ ਭੁੱਲਰ ਹੈਗਾ ਇਹਨਾਂ ਨਾਲ, ਅਸੀਂ ਸਕੂਲ ਬਣਾਉਣ ਲੱਗੇ ਚੰਦਰ ਵਿਹਾਰ ਦਾ, ਕੰਮ ਕੀਤਾ ਉਸਨੇ ਡਿਲੇ, ਮੈਂ ਕਿਹਾ ਵੀ ਡਿਲੇ ਕਿਉਂ ਕਰ ਰਿਹਾ, ਕਰਦਾ ਜੀ ਜਿਲੇ ਮਹੀਨਾ ਲੰਘ ਗਿਆ, ਮੈਂ ਕਿਹਾ ਮੈਂ ਸਕੂਲ ਨਾ ਛੇਤੀ ਬਣਾਉਣਾ ਹੈ, ਇਹ ਗਰੀਬ ਹਲਕੇ ਦਾ ਸਕੂਲ ਹੈ, ਮੈਂ 300 ਰੁਪਏ ਫੀਸ ਲੈ ਕੇ ਬੱਚਿਆਂ ਨੂੰ ਬਣਾਉਣੀ ਹੈ ਔਰ ਪਬਲਿਕ ਸਕੂਲ ਦੀ ਵਿਦਿਆ ਦੇਣੀ ਹੈ, ਮੈਨੂੰ ਸਕੂਲ ਜਲਦੀ ਚਾਹੀਦਾ ਹੈ। ਕਹਿੰਦਾ ਜੀ ਮੈਂ ਨਹੀਂ ਬਣਾ ਸਕਦਾ, ਮੇਰੇ ਕੋਲ ਤੁਹਾਡਾ ਜਿਹੜਾ ਚੇਅਰਮੈਨ ਹੈ ਉਹ ਕਮਿਸ਼ਨ ਮੰਗਦਾ ਅਤੇ ਮੇਰੇ ਨੂੰ ਵਾਅਦਾ ਨਹੀਂ ਖਾਂਦਾ, ਮੈਂ ਉਸਨੇ ਚੁੱਕੇ ਬਾਹਰ ਕਰਕੇ ਕਿਸੇ ਹੋਰ ਨੂੰ ਦਿੱਤਾ ਅਤੇ ਸਕੂਲ ਉਹ ਉਸ ਕੋਲ ਪੜਵਾਇਆ। ਜਿਹੜਾ ਮੈਨੂੰ ਪਤਾ ਲੱਗ ਗਿਆ, ਦੇਖੋ ਪਰ ਕਮੇਟੀ ਦੀਆਂ ਚੋਰੀਆਂ ਹੁੰਦੀਆਂ ਹਨ ਕੰਸਟਰਕਸ਼ਨ ਦੇ ਠੇਕੇ ਦੇਣ 'ਚ, ਚੋਰੀਆਂ ਹੁੰਦੀਆਂ ਇਹਨਾਂ ਤੋਂ ਇਲਾਵਾ ਘਿਓ ਖੰਡ ਬਾਕੀ ਪਰਚੇਸ ਦੈਟ ਵਾਜ ਆਲ ਅੰਡਰ ਮਾਈ ਕੰਟਰੋਲ, ਖੰਡ ਮੈਂ ਸਿੱਧਾ ਕਹਿਤਾ ਕਿ ਵੀ ਚੱਡਾ ਸ਼ੂਗਰ ਮਿਲ ਤੋਂ ਆਏਗੀ, ਉਹਨਾਂ ਨੇ ਕਹਿਤਾ 100 ਬੋਰੀ ਭਾਵੇਂ ਮੇਰੇ ਸਿਰਦਾਰ ਸਨ 100 ਰੁਪਇਆ ਬੋਰੀ ਰਿਆਇਤ ਕਰਨੀਆਂ ਕਰਦੇ ਉਹਨੇ ਸਾਰੀ ਉੱਥੋਂ ਬਿੱਲ ਬਣ ਕੇ ਆਏਗੀ, ਚੱਡਾ ਖੜੇ ਜਿਹੜੇ ਤੁਹਾਡੇ ਰਿਸ਼ਤੇਦਾਰ ਦੀ ਗੱਲ ਕਰ, ਹਾਂਜੀ ਠੀਕ ਹੈ, ਉਹਨਾਂ ਦੀ ਮਿਲ ਤੋਂ ਆਉਂਦਾ ਸੀ, ਉਹਨਾਂ ਨੇ ਪਹਿਲੇ 200 ਬੋਰੀ ਭੇਜ ਦਿੱਤੀ ਵੀ ਮੇਰੀ ਮਿਲ ਸ਼ੁਰੂ ਹੋ ਜਾਂਦਾ, ਉਦੋਂ ਵੀ ਇਹ ਕੰਮ ਚੱਲਦਾ ਹੁੰਦਾ ਸੀ ਵੀ ਆਪਣੇ ਰਿਸ਼ਤੇਦਾਰੀਆਂ ਦੇ ਕੋਲੋਂ ਚੀਜ਼ਾਂ ਲੈਣ ਵਾਲਾ, ਇਹਨਾਂ ਤੋਂ ਸਸਤਾ ਤੇ ਇਹਨਾਂ ਤੋਂ ਵਧੀਆ ਕੋਈ ਨਹੀਂ ਦੇ ਸਕਦਾ, ਸਮਝ ਗਏ, ਮੈਂ ਮਾਲ ਲੈਣ ਮਾਲ ਆਏ ਪੇਮੈਂਟ ਹੋਈ ਹੈ, ਇਹਨਾਂ ਕਹਿਣੇ ਨਹੀਂ ਮਾਲ ਆਏ ਕੋਈ ਨਹੀਂ ਪੇਮੈਂਟ ਹੋ ਗਈ ਹੈ। ਦੂਸਰੀ ਗੱਲ ਮੱਖੂ ਸਾਹਿਬ, ਜਿਨ੍ਹਾਂ ਦੇ ਤੁਸੀਂ ਉਂਗਲ ਚੁੱਕਦੇ ਪਿਓ ਨਾ, ਉਹਨਾਂ ਦੇ ਕਰੋੜਾਂ ਅਰਬਾਂ ਰੁਪਇਆਂ ਦੀ ਡੋਨੇਸ਼ਨ ਹੈਗੀ ਗੁਰਦੁਆਰਾ ਕਮੇਟੀਆਂ ਦੇ ਵਿੱਚ, ਉਹਨਾਂ ਦੀ ਜਿਹੜੀ ਸੁਖਦ ਮਿਲ ਸਟਾਰਟ ਹੁੰਦੀ ਸੀ ਹਰ ਸਾਲ, ਜਿਹੜੀ ਪਹਿਲੀ ਕਾਂਡ ਹੁੰਦੀ ਸੀ ਚੀਨੀ ਦੀ, ਉਸ 'ਚੋਂ 100 ਬੋਰੀ ਗੁਰਦੁਆਰਾ ਕਮੇਟੀ ਦੇ ਵਿੱਚ ਖੰਡ ਆਉਂਦੀ ਸੀ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਲੰਗਰ ਦੀ ਹੈਗੀ, ਫਿਰ ਉਹਨਾਂ ਨੇ 100 ਰੁਪਈਆ ਬੋਰੀ ਆਪਣੇ ਪੱਲਿਓਂ ਪਾਣੀ, ਉਹ ਪਾ ਕੇ ਕੀ ਅਸੀਂ ਨਾ ਲਈਏ ਫਿਰ ਇਹਨਾਂ ਕੋਲੋਂ, ਮੇਰੀ ਕਾਹਦੀ ਰਿਸ਼ਤੇਦਾਰੀ ਮੈਂ ਕਿੱਥੇ ਰੱਖੀ ਹੈ, ਰਿਸ਼ਤੇਦਾਰੀ ਹੁੰਦੀ ਹੈ ਮੈਂ 100 ਦੀ ਚੀਜ਼ 150 'ਚ ਲਵਾਂ, ਰਿਸ਼ਤੇਦਾਰੀ ਹੋਵੇ ਜੇ ਮੈਂ 500 ਰੁਪਏ ਦਾ ਸੂਟ 5,000 ਰੁਪਏ 6,000 ਰੁਪਏ ਦੇ ਚਲਵਾਂ। ਕੀ ਹੋ ਰਿਹਾ ਮੈਂ ਦੱਸ ਦਿੰਦਾ ਵਾਂ, ਜੋ ਹੋ ਰਿਹਾ ਸੰਗਤ ਦੇ ਸਾਹਮਣੇ ਆਪਾਂ ਰੱਖ ਰਹੇ ਹਾਂ ਕੋਈ ਡਿਸਕਸ਼ਨ ਓਲਾ ਪਰਦੇ ਦੇ ਵਿੱਚ ਨਹੀਂ ਹੋ ਰਿਹਾ, ਬਿਲਕੁਲ ਠੀਕ ਹੈ, ਤੁਸੀਂ ਆਪਣਾ ਜਵਾਬ ਦੇਣਾ ਚਾਹੀਦਾ ਔਰ ਮੇਰਾ ਪੁੱਛਣ ਦਾ ਹੱਕ ਆ, ਪੁੱਛਦਾ ਵਾਂ ਤੁਹਾਡੀਆਂ ਘਿਓ ਵਾਲੀਆਂ ਗੱਲਾਂ ਵੀ ਆਹ ਤੁਸੀਂ ਆਪਣੀਆਂ ਬੱਚਿਆਂ ਦੇ ਨਾਮ ਤੇ ਫਰਜ਼ੀ ਕੰਪਨੀਆਂ ਬਣਾ ਕੇ ਤੁਸੀਂ ਆਹ ਕੁਛ ਕਰਦੇ ਪਏ ਹੋ, ਤੇ ਉਹਨਾਂ ਦਾ ਕੋਈ ਜਵਾਬ ਹੁੰਦਾ ਵੀ ਸਾਡੇ ਤੇ ਤੁਸੀਂ ਕਹਿ ਦਿੱਤਾ ਵੀ ਆਪਣੇ ਪਰਿਵਾਰਾਂ ਨੂੰ ਕੰਮ ਦਿੱਤਾ, ਤੇ ਸਰਨਾ ਸਾਹਿਬ ਹੋਰਾਂ ਨੂੰ ਵੀ ਪੁੱਛ ਲਓ ਵੀ ਜਿਹੜੀ ਅੱਜ ਵੀ ਸਟੀਲ ਦੀ ਪਲੇਟ ਉੱਥੇ ਚੱਲਦੀ ਪਈ ਹੈ ਕੀ ਇਹਨਾਂ ਕੋਲ ਬਣ ਕੇ ਨਹੀਂ ਆਈ, ਅੱਜ ਵੀ ਕਹਿ ਰਹੇ ਆ, ਵੈਰੀ ਕਰੈਕਟ ਵੈਰੀ ਕਰੈਕਟ ਵੈਰੀ ਕਰੈਕਟ ਵੈਰੀ ਕਰੈਕਟ ਕਿ ਉਸ ਨਾਲ ਦੀ ਪਲੇਟ ਤੁਹਾਨੂੰ ਕਿਧਰੋਂ ਲੱਭੀ, ਮੈਂ ਹੁਣ ਇਸੇ ਮਨਜੀਤ ਸਿੰਘ ਦੇ ਵਾਲਦਾਇਨ ਦੀ ਗੱਲ ਤੁਹਾਨੂੰ ਦੱਸਾਂ, 1981 ਦੀ ਪਹਿਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ
ਗੁਰਦੁਆਰਿਆਂ ਦੇ ਵਿੱਚ ਪਤਲਾਂ 'ਤੇ ਲੰਗਰ ਖਿਲਾਏ ਜਾਂਦੇ ਸਨ। ਐਗਜੈਕਟਿਵ ਦੀ ਕਮੇਟੀ ਸੀ, ਮੀਟਿੰਗ ਸੀ, ਸਰਦਾਰ ਸੁਰਜੀਤ ਸਿੰਘ ਰਾਂਗਾਲਾ ਹੁੰਦਾ ਸੀ ਜਨਰਲ ਸਕੱਤਰ, ਜਥੇਦਾਰ ਸੰਤੋਖ ਸਿੰਘ ਸੀ ਪ੍ਰਧਾਨ, ਅਤੇ ਗਿਆਨੀ ਚਰਨ ਸਿੰਘ ਹੁੰਦਾ ਸੀ ਪਰਚੇਜ਼ ਕਮੇਟੀ ਦਾ ਚੇਅਰਮੈਨ। ਉੱਥੇ ਮਤਾ ਪਾਸ ਹੋਇਆ ਜੀ ਪਤਲਾਂ 'ਚ ਗੰਦ ਬੜਾ ਪਿਆ ਹੁੰਦਾ ਅਤੇ ਸਟੀਲ ਦੀਆਂ ਥਾਲੀਆਂ ਖਰੀਦੀਆਂ ਜਾਣ ਅਤੇ ਉਹ ਥਾਲੀਆਂ ਲੰਗਰ 'ਚ ਵਰਤਾਈਆਂ ਜਾਣ। ਜਥੇਦਾਰ ਸੰਤੋਖ ਸਿੰਘ ਖਲੋ ਕੇ ਕਹਿੰਦਾ, ਦੇਖ ਸੁਰਜੀਤ ਸਿੰਘ, ਮੈਂ ਤ੍ਰਿਲੋਚਨ ਸਿੰਘ ਦੀ ਗੱਡੀ ਗੁਰਦੁਆਰਾ ਸੀਸਗੰਜ ਲੱਗਣ ਨਹੀਂ ਦਿੰਦਾ, ਮੇਰਾ ਉਹਦਾ ਵਿਰੋਧ ਹੈਗਾ, ਹੈ ਪੋਲੀਟੀਕਲ ਵਿਰੋਧ ਹੈ ਬਾਲਕ ਸਾਹਿਬ ਮੇਰੇ, ਪਰ ਤੂੰ ਸਰਦਾਰ ਤ੍ਰਿਲੋਚਨ ਸਿੰਘ ਤੋਂ ਬਗੈਰ ਇਹ ਥਾਲੀਆਂ ਖਰੀਦਣੀਆਂ ਨਹੀਂ। ਕਿਉਂ? ਕਿਉਂਕਿ ਉਹਨਾਂ ਦਾ ਕੰਮ ਹੈਗਾ, ਉਹ ਤੈਨੂੰ ਸਸਤੀ ਲੈ ਕੇ ਦੇਣਗੇ ਜਾਂ ਸਸਤੀ ਬਣਾ ਕੇ ਦੇਣਗੇ, ਲੈ ਕੇ ਦੇਣਗੇ। ਇਹ ਇਹਦੇ ਵਾਲਾਂ ਦੀ ਇਹ 1981 ਦੀ ਗੱਲ ਹੈ। ਪਹਿਲੇ ਪੁੱਛੋ ਬਈ ਤੇਰੀ ਮਾਂ ਤੇਰਾ ਬਾਪ ਕਦੀ ਮੇਰੇ ਤੋਂ ਇਲਾਵਾ ਕਿਸੇ ਹੋਰ ਜਗ੍ਹਾ ਤੋਂ ਭਾਂਡੇ ਲੈਣ ਗਿਆ ਸੀ ਕਦੀ ਕਿਸੇ ਜਗ੍ਹਾ ਤੇ? ਕਦੀ? ਤੇਰੀ ਮਾਤਾ ਤੇਰਾ ਬਾਪ ਭਾਵੇਂ ਸਾਡੇ ਨਾਲ ਇੱਟ ਘੜੇ ਦਾ ਵੈਰ ਸੀ, ਪਰ ਸਮਾਨ ਉਹਨੇ ਮੇਰੇ ਕੋਲ ਖਰੀਦਣਾ। ਬਈ ਇਹਨੇ ਰਿਆਤ ਵੀ ਦੇਣੀ ਹੈ, ਖਰੀ ਚੀਜ਼ ਵੀ ਦੇਣੀ ਹੈ। ਮੈਂ ਗੁਰਦੁਆਰੇ ਦੇ ਵਿੱਚ ਉਹ ਚੀਜ਼ ਦਿੱਤੀ ਹੈ ਜਿਹੜੀ ਮਾਰਕੀਟ 'ਚ ਅਵੇਲੇਬਲ ਨਹੀਂ ਹੈਗੀ। ਆਪਣੇ ਸਪੈਸ਼ਲ ਕੰਮ ਰੋਕ ਕੇ ਔਰ ਉਸ ਰਾ ਮਟੀਰੀਅਲ ਦੇ ਰੇਟ ਚਾਰਜਿਸ ਕਰਕੇ ਮੈਂ ਮਾਲ ਦੇ ਦਿੱਤਾ। ਮੈਂ ਕੋਈ ਕਮਾਈ ਦਾ ਸਾਧਨ ਨਹੀਂ। ਇਹ ਗੱਲ ਹੁਣ ਛੋਟੀ ਤੇ ਘਟੀਆ ਲੱਗਦੀ ਹੈ, ਮੈਂ ਗੁਰਦੁਆਰੇ 'ਚ ਇਹ ਦਿੱਤਾ ਉਹ ਦਿੱਤਾ, ਉਹ ਗੱਲਾਂ ਘਟੀਆ ਲੱਗਦੀਆਂ ਨੇ। ਮੈਂ ਕਰਨਾ ਨਹੀਂ ਚਾਹੁੰਦਾ, ਇੱਕ ਮਿੰਟ, ਮੈਂ ਤੇ ਜਿੱਥੇ ਬੈਠਾ ਇਹ ਸਾਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕੋਠੀ 'ਚ, ਸਮਝ ਗਏ? ਬਗੈਰ ਮੱਥਾ ਟੋਕੇ ਅਸੀਂ ਦੁਕਾਨ ਨਹੀਂ ਸੀ ਖੋਲ੍ਹਦੇ। ਦਿਨ ਅਸੀਂ 5,000 ਵੱਟਦੇ ਸਾਂ ਅਤੇ ਬਾਦਸ਼ਾਹ ਬਣਦੇ ਸਾਂ, ਅੱਜ ਅੱਖਾਂ ਬਖਸ਼ਿਸ਼ ਚੱਲਦੀ। ਪਰ ਮੈਂ ਇਹ ਗੱਲ ਕਰਨੀ ਆ, ਘਟੀਆ ਸਮਝਾ ਮੈਂ ਉੱਥੇ ਕੀਤਾ, ਫਲਾਣਾ ਕੀਤਾ, ਢੀਂਗਾ ਕੀਤਾ। ਇਹਨੂੰ ਪੁੱਛੋ 11 ਰੁਪਏ ਦੀ ਚਮਚ ਨਹੀਂ ਮਿਲਦੀ। ਗੱਲ ਇਹ ਦੱਸਣਾ ਚਾਹੁੰਦੇ ਹੋ ਵੀ ਜੋ ਮਾਰਕੀਟ ਰੇਟ ਲੈ ਕੇ ਚਲਾ ਗਿਆ, ਮੈਂ ਤਾਂ ਕਦੇ ਬਿੱਲ ਬਣਾਇਆ ਹੀ ਨਹੀਂ ਸੀ। ਆਈ ਹੈਵ ਨੈਵਰ ਮੇਡ ਐਨੀ ਬਿੱਲ। ਤੁਸੀਂ ਇਹ ਕਹਿਣਾ ਚਾਹੁੰਦੇ ਵੀ ਮਾਰਕੀਟ ਰੇਟ ਤੋਂ ਘੱਟ ਰੇਟ ਦੇ ਉੱਪਰ ਤੁਸੀਂ? ਮੈਂ ਮਾਰਕੀਟ ਰੇਟ ਨਹੀਂ, ਮੈਂ ਤੇ ਗੱਲ ਸੁਣਾ ਇੱਕ ਮਿੰਟ, ਮੈਂ ਇਸ ਤੋਂ ਕਈ ਗੁਣਾ ਵੱਧ ਗੁਰੂ ਮਹਾਰਾਜ ਨੇ ਮੇਰੇ ਕੋਲ ਸੇਵਾ ਲਈ ਹੋਈ ਹੈ, ਕਈ ਗੁਣਾ। ਮੈਂ ਹੁਣ ਗੱਲ ਕਰਨੀ, ਮੈਂ ਠੀਕ ਨਹੀਂ ਸਮਝੀ, ਸਰਾਂ ਖੁੱਲ੍ਹਣੀ ਸੀ ਅੰਮ੍ਰਿਤਸਰ ਦੀ ਅਤੇ ਪਲਾਸਟਿਕ ਦੀਆਂ ਬਾਲਟੀਆਂ ਖਰੀਦਣ ਲੱਗੇ। ਮੈਂ ਕਿਹਾ ਬਾਲਟੀਆਂ ਖਰੀਦਣ ਦੀ ਜ਼ਰੂਰਤ ਨਹੀਂ, ਮੇਰੀ ਫੈਕਟਰੀ 'ਚੋਂ ਜਿੰਨੀਆਂ ਬਾਲਟੀਆਂ ਲੈ ਜਾਓ। ਇਹ ਪਿਛਲੇ ਹਫ਼ਤੇ ਅਸੀਂ ਸੁਖਦੇਵ ਸਿੰਘ ਭੋਰ ਦੇ ਮਾਤਾ ਦੇ ਭੋਗ 'ਤੇ ਗਏ ਸੀ, ਉੱਥੇ ਅਨੰਦਪੁਰ ਸਾਹਿਬ ਦੇ ਮਿਲ ਗਏ ਆਪਣਾ ਜਥੇਦਾਰ ਸਨ, ਸੇਵਾਦਾਰ ਸਨ, ਬਾਬਾ ਸੇਵਾ ਸਿੰਘ ਮਾਰਿਆ। ਮੈਨੂੰ ਫਤਿਹ ਬੁਲਾਈ, ਕਹਿੰਦਾ ਪਛਾਣਿਆ? ਮੈਂ ਕਹਿ ਲਿਆ। ਕਹਿੰਦਾ ਕਮਾਲ ਕਰਦੇ ਪਏ, ਅਸੀਂ ਤਾਂ ਸੈਂਕੜੇ ਬਾਲਟੀਆਂ ਤੁਹਾਡੇ ਕੋਲ ਲੈ ਕੇ ਆਏ ਹੋਏ, ਸਾਡੀ ਮਹਾਰਤ ਸੀ, ਅਸੀਂ ਅਮਰੀਕਾ ਸਪਲਾਈ ਕਰਦੇ ਤਾਂ ਉੱਥੋਂ ਜੀ ਦੇ ਦਿੰਦੇ ਸੀ ਚੁੱਕੇ। ਇਹ ਕਹਿੰਦਾ ਜੀ ਘੱਟੀਆਂ ਵੇਚੀਆਂ ਫਲਾਣਾ ਵੇਚਿਆ। ਗੱਲ ਇਹ ਹੈਗੀ, ਜਦੋਂ ਦੂਸ਼ਣਬਾਜ਼ੀ ਹੋ ਜਾਂਦੀ ਹੈ ਨਾ, ਉਹ ਜ਼ਮੀਨੇ ਪੱਧਰ ਦੀ ਵੀ ਹੁੰਦੀ ਹੈ। ਮੱਖੋ ਸਪਸ਼ਟੀਕਰਨ ਕਰਨਾ ਚਾਹੀਦਾ, ਮੈਂ ਕਹਿੰਦਾ ਤੁਸੀਂ ਚੰਗੇ ਹੋ ਵੀ ਤੁਸੀਂ ਜਵਾਬ ਦੇ ਰਹੇ ਹੋ। ਸਰ ਇੱਕ ਮਿੰਟ, ਹਰਵਿੰਦਰ ਸਿੰਘ ਨੇ ਇੱਕ ਦਿਨ ਮਨਜੀਤ ਸਿੰਘ ਨੂੰ ਜਵਾਬ ਦਿੱਤਾ, ਬਈ ਸਵੇਰੇ ਆ ਜਾ ਸੀਸਗੰਜ ਸਾਹਿਬ ਔਰ ਮਹਾਰਾਜ ਦੇ ਥੜੇ ਤੇ ਬਾ ਕੇ ਕਹਿ ਦੇ ਬਈ ਸਰਨੇ ਭਰਾ ਜਿਹੜੇ ਹੈਗੇ ਇੱਥੋਂ ਕਰਪਸ਼ਨ ਕਰਕੇ ਗਏ ਨੇ, ਅਸੀਂ ਆਪਣਾ ਸਹੁੰ ਚੁੱਕਦੇ ਹਾਂ, ਤੂੰ ਆਪਣੇ ਪੁੱਤਰਾਂ ਦੀ ਸਹੁੰ ਚੁੱਕ। ਪੁੱਛੋ ਆਇਆ? ਨਹੀਂ ਨਹੀਂ, ਸਾਡੇ ਇਹਦਾ ਇੱਕ ਐਡਵਾਈਜ਼ਰ ਵੀ ਲੱਗਾ ਹੋਇਆ ਹਰਜੀਤ ਸਿੰਘ ਦੁੱਗਲ, ਪੰਜਾਬ ਸਿੰਧ ਬੈਂਕ ਤੋਂ ਜਨਰਲ ਮੈਨੇਜਰ ਰਿਟਾਇਰ ਹੋਇਆ। ਇਹਨੇ 2008-09 ਦੇ ਵਿੱਚ ਬੜੀ ਧੂੰਆਂ ਤਾਰ ਸ਼ੁਰੂ ਕਰਤੀ, ਜ਼ਮੀਨਾਂ ਵੇਚ ਕੇ ਖਾ ਗਏ। ਮੈਂ ਦੁੱਗਲ ਨੂੰ ਕਿਹਾ, ਮੈਂ ਕਿਹਾ ਯਾਰ ਯੂ ਆਰ ਵਾਸ਼ਿੰਗ ਡਰਟੀ ਲਾਈਨ ਇਨ ਇਨ ਦਾ ਪਬਲਿਕ, ਆਪਾਂ ਇਹਦਾ ਨਿਬੇੜਾ ਕਰ ਦਈਏ। ਕਹਿੰਦਾ ਜੀ ਦੱਸੋ, ਬੜਾ ਵਧੀਆ ਗੱਲ ਹੈ। ਮੈਂ ਕਿਹਾ ਤੂੰ ਵੀ ਸਵੇਰੇ ਆਉਂਦਾ ਗੁਰਦੁਆਰੇ, ਮੈਂ ਵੀ ਸੀਸਗੰਜ ਸਾਹਿਬ ਆ ਜਾਣਾ, ਇਹ ਥੜੇ ਦੇ ਖਲੋ ਕੇ ਅਰਦਾਸ ਕਰੇ ਬਈ ਸੱਚੇ ਪਾਤਸ਼ਾਹ ਮੈਂ ਅਰਦਾਸ ਕਰਦਾ ਵੀ ਸਰਨੇ ਚੋਰ ਹਨ, ਇਹਨਾਂ ਜ਼ਮੀਨਾਂ ਖਾਧੀਆਂ, ਮੈਂ ਆਪਣੀ ਅਰਦਾਸ ਕਰਾਂਗਾ ਗੁਰੂ ਤੇਗ ਬਹਾਦਰ ਸਾਹਿਬ, ਮੈਂ ਇੱਕ ਪੈਸੇ ਦੀ ਜ਼ਮੀਨ ਨਹੀਂ ਖਾਧੀ। ਮੈਂ ਕਿਹਾ ਦੋਵੇਂ ਰਲ ਕੇ ਅਰਦਾਸ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ, ਜਿਹੜਾ ਸਾਡੇ 'ਚੋਂ ਝੂਠਾ ਹੈਗਾ ਉਹਦੇ ਕੁੱਲ ਦਾ ਸਰਵਨਾਸ਼ ਦੀਆਂ ਦਿਨਾਂ 'ਚ ਕਰ ਦੇ। ਬੋਲ ਰਾਜੀ ਹੈ? ਫਿਰ ਆ ਜਾ ਤਿਆਰ ਹੋ? ਮੈਂ ਤਿਆਰ ਹਾਂ, ਮੈਂ ਸਵੇਰੇ ਮੈਂ ਹੁਣ ਚੱਲਣ ਨੂੰ ਤਿਆਰ ਹਾਂ। ਪਹੁੰਚਦੇ ਆ? ਨਹੀਂ, ਜੇ ਸਾਰਾ ਕੁਝ ਤੁਹਾਡੇ ਕੋਲ ਤਿਆਰ ਆ ਤੇ ਫਿਰ ਤੁਸੀਂ ਸਦਬੁੱਧੀ ਦੀਆਂ ਅਰਦਾਸਾਂ ਕਿਉਂ ਕਰਦੇ ਪਏ ਕੋਰਟ 'ਚ? ਤੁਸੀਂ ਧਿਆਨ ਨਾਲ ਸੁਣੀ ਨਹੀਂ ਤੁਸੀਂ ਹੈ ਨਹੀਂ ਸੀ। ਮੈਂ ਅਰਦਾਸ ਕੀਤੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਵੇਂ ਤੂੰ ਮਸੰਦ ਸੋਧੇ ਸਨ ਉਵੇਂ ਅਜੋਕੇ ਯੁੱਗ ਦੇ ਮਸੰਦਾਂ ਨੂੰ ਸੋਧਣ ਦੀ ਵਿੱਧ ਬਣਾ।
ਇਹਨਾਂ ਚੋਰਾਂ ਕੋਲੋਂ ਸੰਗਤ ਦੀ ਜਾਨ ਛੁਡਾ। ਮੈਂ ਅਰਦਾਸ ਉਹਨਾਂ ਦੀ ਸਦਬੁੱਧੀ, ਮੈਂ ਉਹ ਅਰਦਾਸ ਦਾ ਇੱਕ ਭਾਗ ਹੈਗਾ ਵੀ ਸੱਚੇ ਪਾਤਸ਼ਾਹ ਸਰਬਤ ਨੂੰ ਸਦਬੁੱਧੀ ਬਖਸ਼ੀ। ਮੈਂ ਉਹ ਅਰਦਾਸ ਕੀਤੀ ਵੀ ਸਰਬਤ ਨੂੰ ਸਦਬੁੱਧੀ ਬਖਸ਼ੀ। ਅਰਦਾਸ ਮੈਂ ਇਹ ਕੀਤੀ ਹੈ ਵੀ ਇਹ ਜਿਹੜੇ ਮਾਡਰਨ ਟਾਈਮ ਦੇ ਮਸੰਦ ਹਨ, ਗੁਰੂ ਸਾਹਿਬ ਤੂੰ ਆਪਣੇ ਮਸੰਦਾਂ ਨੂੰ ਤੇਲ ਹੀ ਸਾੜਿਆ ਸੀ, ਇਹਨਾਂ ਮਸੰਦਾਂ ਦੀ ਕੀ ਸਦਾ ਨਿਯੁਕਤ ਕਰਦਾ ਹੈ, ਇਹ ਤੂੰ ਆਪ ਕਰ। ਇਹ ਹੁਣ ਜ਼ਿੰਮੇਵਾਰੀ ਗੁਰੂ ਦੀ ਹੈਗੀ, ਜਿਹੜੇ ਗੁਰੂ ਦੀ ਸਜ਼ਾ ਦੇਣੀ ਹੈ ਵੀ ਉਸ ਪਾਸੇ ਹੁਣ ਤੁਸੀਂ ਨਹੀਂ ਤੁਰਦੇ। ਹਾਂਜੀ, ਜਿਵੇਂ ਭਾਂਡਿਆਂ ਵਿੱਚ ਰਹਿਤ ਕਰਦੇ ਸੀ, ਹੁਣ ਇਸੇ ਤਰ੍ਹਾਂ ਇੱਥੇ ਵੀ ਰਹਿਤ ਕਰ ਦਿਓਗੇ? ਕਿਹੜੀ ਰਹਿਤ ਕਰਾਂਗੇ? ਤੇ ਕੋਰਟ ਦੇ ਵਿੱਚ ਫਿਰ ਕਿਉਂ ਨਹੀਂ ਜਾਂਦੇ? ਜਾ ਕੇ ਗਿਆ ਆ ਕੋਰਟ ਦੇ ਵਿੱਚ ਜਾ ਕੇ ਸਾਰਾ ਮਾਮਲਾ ਸੰਗਤ ਦੇ ਸਾਹਮਣੇ। ਤੁਹਾਨੂੰ ਕਿਸ ਕਿਆ ਕੋਰਟ ਹੈ? ਤੁਹਾਨੂੰ ਕਿਸ ਕਿਆ ਕੋਰਟ ਦੇਣੀ ਹੈ? ਤੁਹਾਨੂੰ ਮੰਨਿਆ ਕਰਪਸ਼ਨ ਉਹਨਾਂ ਨੇ ਬਹੁਤ ਵੱਡੀ ਕੀਤੀ, ਫਿਰ ਸੰਗਤ ਨੇ ਮੰਨਿਆ ਤਾਂ ਕਿ ਅਸੀਂ ਅਲੀਗੇਸ਼ਨ ਲਗਾ ਰਹੇ ਹੋਈਏ, ਅਸੀਂ ਸਾਬਤ ਕਰਕੇ ਦੱਸਤਾ। ਜੇ ਤੁਸੀਂ ਸਾਬਤ ਕਰਕੇ ਦੱਸ ਤਾਂ ਫਿਰ ਤੁਹਾਡੇ ਤੋਂ 5 ਗੁਣਾ ਵੱਧ ਸਿੱਧਾ ਕਿਵੇਂ ਕੱਢ ਗਏ? ਹਾਲੇ 35 ਤੇ ਕਿੱਥੇ 7 ਸੱਤੂ 5 35, 5 ਗੁਣਾ ਅੱਗੇ ਕਿਵੇਂ ਲੰਘੇ ਹੋ? ਕਿੱਥੇ ਸੀਟਾਂ ਦੇ ਵਿੱਚ ਵੀ ਇੰਨੀ ਅੱਗੇ ਕਿਉਂ ਲੰਘੇ? ਫਿਰ ਜੇ ਸੱਚੀ ਮੁੱਚੀ ਬੜੇ ਕਰਪਸ਼ਨ ਕਰਦੇ ਸੀ। ਦੇਖੋ ਜੀ, ਮੱਖੂ ਸਾਹਿਬ, ਮੱਖੂ ਸਾਹਿਬ, ਇਸ ਗੱਲ ਦਾ ਮੈਂ ਤੁਹਾਨੂੰ ਜਵਾਬ ਪਿਛਲੀ ਇੰਟਰਵਿਊ ਵਿੱਚ ਦਿੱਤਾ ਸੀ ਵੀ ਅਕਾਲ ਪੁਰਖ ਸਾਨੂੰ ਵੀ ਛੋਟਾ ਮੋਟਾ ਟੀਵੀ ਚੈਨਲ ਦੇ ਦੇਗਾ ਤੇ ਅਸੀਂ ਵੀ ਇਹ ਸਕੋਰ ਉਲਟਾ ਦੇਵਾਂਗੇ। ਤੁਸੀਂ ਮੈਨੂੰ ਜਵਾਬ ਦਿੱਤਾ ਸੀ ਵੀ ਮੇਰਾ ਚੈਨਲ ਹੀ ਤੁਸੀਂ ਇਸਤੇਮਾਲ ਕਰ ਲੈਣਾ, ਤੋ ਜਦ ਵਕਤ ਆਏਗਾ ਮੈਂ ਤੁਹਾਡਾ ਚੈਨਲ ਇਸਤੇਮਾਲ ਕਰ ਲਾਂਗਾ। ਸਾਡੇ ਕੋਲ ਪੈਸੇ ਦੀ ਵੀ ਕਮਜ਼ੋਰੀ ਹੈ, ਅਸੀਂ ਬਾਦਲ ਜਿੱਤਨੇ ਚੈਨਲ ਅੱਜ ਵੀ ਹਾਜ਼ਰ ਹੈ। ਦੇਖੋ, ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਤੁਸੀਂ ਟੋਟਲੀ ਵਿਰੋਧੀ ਧਿਰ ਵਾਲਾ ਜਿਹੜਾ ਫਰਜ਼ ਨਿਭਾਉਣਾ ਚਾਹੀਦਾ ਸੀ ਉਹ ਤੁਸੀਂ ਨਹੀਂ ਨਿਭਾ ਰਹੇ। ਸਰਦਾਰ ਜੀ, ਅਸੀਂ ਪੂਰਾ ਨਿਭਾ ਰਹੇ ਹਾਂ। ਇਹ ਗੱਲਾਂ ਬਾਹਰ ਕਿਤੋਂ ਆਉਣੀਆਂ? ਜੇ ਅਸੀਂ ਨਾ ਵਿਰੋਧੀ ਧਿਰ ਦਾ ਰੋਲ ਬਣਾਇਆ ਹੁੰਦਾ ਤਾਂ ਗੱਲਾਂ ਬਾਹਰ ਕਿਤੋਂ ਆਉਣੀਆਂ ਸਨ? ਤੁਸੀਂ ਚਲੋ ਇੰਨਾ ਦੱਸ ਦਿਓ, ਹੁਣ ਸੰਗਤ ਦੇ ਸਾਹਮਣੇ ਜਿਹੜਾ ਹਸਪਤਾਲ ਵਾਲੀ ਜਗ੍ਹਾ ਆ, ਘੱਟੋ ਘੱਟ ਮੇਰੇ ਖਿਆਲ ਦੇ ਵਿੱਚ 10 ਏਕੜ ਦੇ ਲਾਗੇ ਤਾਗੇ ਹੋਵੇਗੀ, 11 ਏਕੜ ਜਗ੍ਹਾ ਆ ਹਸਪਤਾਲ ਵਾਲੀ, ਹੈ ਨਾ? ਉਹ ਜਗ੍ਹਾ ਅੱਜ ਘੱਟੋ ਘੱਟ ਕਿੰਨੇ ਹਜ਼ਾਰ ਕਰੋੜ ਦੀ ਹੈ? ਥੋੜਾ ਜਿਹਾ ਆਈਡੀਆ ਲੱਗ ਜਾਵੇ। ਉਹਦਾ ਕੋਈ ਮੁੱਲ ਨਹੀਂ ਹੈਗਾ ਜੀ, ਅੰਦਾਜ਼ਾ? ਫਿਰ ਵੀ ਮੈਂ ਕਹਾਂ ਜੀ ਕੋਈ ਮੁੱਲ ਨਹੀਂ, 10 ਤੋਂ 15 ਹਜ਼ਾਰ ਕਰੋੜ ਦੇ ਲਾਗੇ ਤਾਗੇ ਹੋਵੇਗੀ। ਨਹੀਂ ਨਹੀਂ, ਚਲੋ ਜੀ ਇਤਨੇ ਹੋਵੇਗੀ, 300 ਕਰੋੜ ਰੁਪਏ ਦੀ ਜਗ੍ਹਾ ਹੈ ਜਿਹੜੀ ਕਿ 400 ਕਰੋੜ ਦੀ ਸੀ। ਹਾਂਜੀ, 500 ਕਰੋੜ ਲਾ ਲਓ, ਦਿੱਲੀ ਦੇ ਵਿੱਚ 11 ਏਕੜ ਜਗ੍ਹਾ ਜਨਾਬ, ਮੈਂ ਕਹਾਂ ਜੀ 40-50 ਕਰੋੜ ਰੁਪਏ ਇਕੜੀ ਜਗ੍ਹਾ ਹੈ। ਮਲਟੀ ਨੈਸ਼ਨਲ ਬਿਲਡਿੰਗਾਂ ਬਣਾਓ, ਸ਼ਾਪਿੰਗ ਮਾਲ ਬਣਾਓ, ਇੱਥੇ ਹਸਪਤਾਲ ਬਣਨਾ ਹੈ। 500 ਕਰੋੜ ਦੀ ਜਗ੍ਹਾ ਉੱਤੇ 400 ਕਰੋੜ ਉੱਤੇ ਲੱਗਣਾ ਹੈ, 900 ਕਰੋੜ ਤੋਂ ਬਾਅਦ ਕੀ ਹੋਣਾ ਕੀ ਨਹੀਂ ਹੋਣਾ ਕੀ ਪਤਾ ਹੈਗਾ? ਇਹ ਕੋਈ ਸ਼ਾਪਿੰਗ ਮਾਲ ਥੋੜ੍ਹੀ ਹੈਗਾ, ਕਮਰਸ਼ੀਅਲ ਨਹੀਂ ਹੈਗਾ ਜਗ੍ਹਾ ਕਿ ਇਹ ਹਸਪਤਾਲ ਵੇਚ ਕੇ ਖਾ ਗਏ। ਦੋਸ਼ ਲੱਗ ਜਾਣਾ ਹੋਰ ਚੀਜ਼ ਹੈ, ਸਾਬਤ ਹੋਣਾ ਹੋਰ ਚੀਜ਼ ਹੈ, ਸਾਬਤ ਕੋਈ ਅੱਜ ਤੱਕ ਨਹੀਂ ਕਰ ਸਕਿਆ ਵੀ ਉਹ ਖਾ ਗਏ। ਪਰ ਇੱਕ ਸਵਾਲ ਕੀ ਮੈਂ ਤੁਹਾਡੇ 'ਤੇ ਕਰ ਸਕਦਾ ਵਾਂ, ਤੁਸੀਂ ਵਿਰੋਧੀ ਧਿਰ ਹੋ, ਅੱਜ ਤੁਸੀਂ ਬੰਗਲਾ ਸਾਹਿਬ ਜਾ ਕੇ ਆਪਣਾ ਪ੍ਰਦਰਸ਼ਨ ਕੀਤਾ, ਕੋਈ ਰੋਕ ਟੋਕ ਤਾਂ ਨਹੀਂ ਆਈ? ਮਾੜਾ ਮੋਟਾ ਜਦੋਂ ਰੋਕਦੇ ਹੁੰਦੇ ਹੋ ਤਾਂ ਸਾਡੇ ਵੀ ਕਈ ਵਾਰੀ ਕਿਸੇ ਥਾਂ 'ਤੇ ਕੈਮਰੇ ਲੱਗ ਜਾਂਦੇ ਆ। ਹਸਪਤਾਲ ਦੇ ਜਿਹੜੇ ਹਾਲਾਤ ਨੇ, ਤੁਹਾਨੂੰ ਹਸਪਤਾਲ ਦੀ ਬਿਲਡਿੰਗ 'ਤੇ ਤਰਸ ਨਹੀਂ ਆ ਰਿਹਾ? ਅੰਦਰ 15-15 ਫੁੱਟ ਪਾਣੀ ਹੈ। ਜੇ ਤੁਸੀਂ ਅੱਜ ਕੇਜਰੀਵਾਲ ਨੂੰ ਸਰੋਪਾ ਪਾਉਣ ਦੇ ਲਈ ਆਪਣੇ ਬੰਦੇ ਭੇਜ ਸਕਦੇ ਹੋ ਵੀ ਜਿੱਥੇ ਮਰਜ਼ੀ ਤੁਸੀਂ ਪ੍ਰੋਗਰਾਮ ਰੱਖ ਲਓ, ਅਸੀਂ ਸਰੋਪਾ ਪਾ ਦੇਵਾਂਗੇ ਜੇ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋ ਰਿਹਾ, ਤਾਂ ਇੱਕ ਸਵਾਲ ਪੈਦਾ ਹੋ ਜਾਂਦਾ, 10 ਬੰਦੇ ਲਾ ਕੇ ਉੱਥੋਂ ਦੀ ਸਫਾਈ ਨਹੀਂ ਕਰਵਾ ਸਕਦੇ? ਇਹਨਾਂ 'ਤੇ ਤਰਸ ਕੀਤਾ ਜਾਵੇ? ਇੱਕ ਸੈਕਿੰਡ, ਹੁਣ ਇੱਕ ਬੰਦਾ ਨਹੀਂ ਕਰਦਾ ਪਿਆ, ਦੂਜੇ ਦਾ ਫਰਜ਼ ਬਣਦਾ ਹੈ। ਮੱਖੂ ਸਾਹਿਬ, ਦੇਖੋ ਗੱਲ ਕਰੋ ਰੀਅਲਿਸਟਿਕ, ਸੁਪਰ ਫਲੂਅਸ ਗੱਲਾਂ ਮੈਂ ਕਰਾਂ ਜਾਂ ਤੁਸੀਂ ਕਰੋ, ਇਹਨਾਂ ਦਾ ਵਿੱਚੋਂ ਨਿਕਲਣਾ ਕੁਝ ਨਹੀਂ। ਮੇਰੇ ਸਾਰਾ ਖਾਨਦਾਨ ਵੀ ਉੱਥੇ ਲੱਗ ਜਾਏਗਾ ਨਾ, ਘਰ ਦੇ ਜੀ ਸਾਰੇ, ਧੀਆਂ ਪੁੱਤਰ ਸਾਰੇ, ਬੱਚੇ ਬਚੂੰਗੜੇ, ਉਹ ਉੱਥੋਂ ਦੀ ਸਫਾਈ ਨਹੀਂ ਕਰ ਸਕਦੇ। ਇਹ ਇੱਕ ਬੜਾ ਵੱਡਾ ਟਾਸਕ ਹੈਗਾ, ਵੱਡੀਆਂ ਮਸ਼ੀਨਾਂ ਚਾਹੀਦੀਆਂ ਹਨ, ਡੈਡੀਕੇਸ਼ਨ ਚਾਹੀਦੀ ਹੈ, ਪੈਸਾ ਚਾਹੀਦਾ, ਕਰੋੜਾਂ ਰੁਪਈਏ ਚਾਹੀਦੇ ਨੇ। ਪਹਿਲੀ ਗੱਲ ਤੇ ਇਹਨਾਂ ਕੋਲ ਕੋਈ ਐਮਐਲਏ ਕੋਈ ਕਾਉਂਸਲਰ ਤੁਹਾਡੀ ਨਹੀਂ ਸੁਣਦਾ ਪਿਆ? ਕਾਉਂਸਲਰ ਦੇ ਬਸ ਹੀ ਕੋਈ ਨਹੀਂ ਅਜੀ, ਕੌਣ ਵੜਨ ਦੇਗਾ ਜਿਹੜਾ ਉੱਥੋਂ ਦਾ ਕਾਉਂਸਲਰ ਸੀ? ਸਰਦਾਰ ਜੀ, ਉਹ ਇਹਨਾਂ ਨਾਲ ਰਲ ਕੇ ਉਹਨੇ ਤਾਂ ਨਹੀਂ ਜਾਣ ਦਿੱਤਾ। ਸਰਦਾਰ ਜੀ, ਕੈਮਰਾ ਤੇ ਤੁਹਾਨੂੰ ਕੱਲ ਉਹਨਾਂ ਲਗਾਉਣ ਨਹੀਂ ਦਿੱਤਾ। ਇੱਕ ਸੈਕਿੰਡ, ਫਿਰ ਵੀ ਚਲੋ ਫਿਰ ਵੀ ਤੁਸੀਂ ਬੜੇ ਬਹਾਦਰ ਹੋ, ਤੁਹਾਡੇ ਵਰਗੇ ਬਹਾਦਰ ਬਹੁਤ ਘੱਟ ਹੈਗੇ ਇਸ ਦੁਨੀਆ ਦੇ ਵਿੱਚ। ਤੁਸੀਂ ਬਹਾਦਰ ਹੋ, ਤੁਸੀਂ ਕਰ ਲਿਆ ਸਾਰਾ ਕੰਮ, ਥੈਂਕਸ ਟੂ ਯੂ, ਕੁਡੋਸ ਟੂ ਯੂ। ਪਰ ਇੱਥੇ ਮੈਂ ਤੁਹਾਨੂੰ ਦੱਸਾਂ ਕਿਹੜੇ ਐਮਐਲਏ ਕੋਲ ਫੰਡ ਹੈਗਾ ਵੀ ਉਹ ਕਿਸੇ ਪ੍ਰਾਈਵੇਟ ਹਸਪਤਾਲ ਦੀ ਬਿਲਡਿੰਗ ਬਣੀ ਹੈ ਤੇ ਉਹਦਾ ਪਾਣੀ ਕਢਾਏ? ਕਿਹੜਾ ਫੰਡ ਹੈਗਾ ਕਿਸੇ ਮੰਤਰੀ ਕੋਲ? ਕਿਸੇ ਦੂਸਰਾ, ਇਹ ਮੁੱਖ ਮੰਤਰੀ ਕੇਜਰੀਵਾਲ ਕੋਲ ਗਏ ਵੀ ਤੂੰ ਦਿੱਲੀ ਸਰਕਾਰ ਦੀ ਮਦਦ ਇਹਨਾਂ ਨੇ ਲੈਣੀ ਹੈ ਨਾ, ਮੇਰੇ ਕਹਿਣ 'ਤੇ ਤਾਂ ਉਸਨੇ ਮਦਦ ਕਰਨੀ ਨਹੀਂ। ਆਈ ਐਮ ਨੋਬਡੀ ਦੇਅਰ। ਇਹਨਾਂ ਕੋਲ ਪਹਿਲੇ ਇਹ ਪੁੱਛੋ ਵੀ ਤੁਸੀਂ ਝੂਠ ਸੱਚ ਬੋਲ ਗਏ, ਇਲੈਕਸ਼ਨ ਜਿੱਤ ਗਏ। ਤੁਲਸੀ ਸਾਹਿਬ ਨੇ ਇਹਨਾਂ ਨੂੰ ਕਿਹਾ ਭਾਈ ਤੁਸੀਂ ਇਲੈਕਸ਼ਨ 'ਤੇ ਜਿੱਤ ਗਏ। ਮੈਂ ਵੀ ਕਿਹਾ ਬਈ ਝੂਠ ਬੋਲ ਕੇ ਇਲੈਕਸ਼ਨ ਜਿੱਤਣਾ ਕੋਈ ਗੁਨਾਹ ਨਹੀਂ, ਇਹ ਰਿਵਾਜ਼ ਹੈਗੀ, ਤੁਸੀਂ ਝੂਠ ਬੋਲ ਕੇ ਜਿੱਤ। ਪਰ ਇਹ ਜਿਹੜਾ ਹਸਪਤਾਲ ਹੈ ਇਹਨੂੰ ਤਾਂ ਚੱਲਣ ਦਿਓ, ਇਹਨੂੰ ਤਾਂ ਚੱਲਣ ਦਿਓ, ਤੁਸੀਂ ਆਪਣੇ ਟਰੱਸਟੀ ਪਾ ਲਓ ਵਿੱਚ।
ਸਾਡੇ ਤੇ ਵਾਰੀ ਪੁੱਗ ਗਈ ਹੈ, ਸਾਡੇ ਤੇ ਖਤਮ ਹੋ ਗਈ। ਨਾਓ ਯੂ ਆਰ ਦਾ ਬਾਸ, ਤੁਸੀਂ ਟਰਸਟੀ ਪਾ ਕੇ ਆਪਣਾ ਹਸਪਤਾਲ ਚਲਾਓ। ਮੈਂ ਨਹੀਂ ਆ ਤਾਂ ਮੈਂ ਟਰਸਟੀ ਨਹੀਂ ਆ, ਮੇਰੇ ਟਰਸਟ ਦੇ ਵਿੱਚ ਕੋਈ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਪਰਮਾਨੈਂਟ ਉੱਥੇ ਟਰਸਟੀ ਪਾਤਾ ਜਾਂ ਮੈਂ ਖੁਦ ਬਣ ਗਿਆ। ਮੈਂ ਤਦ ਤੱਕ ਹੀ ਟਰਸਟੀ ਸੀ ਜਦ ਤੱਕ ਪ੍ਰਧਾਨ ਆ, ਮੈਂਬਰ ਵੀ ਆ ਤਾਂ ਮੈਂ ਟਰਸਟੀ ਨਹੀਂ ਆ। ਦੂਸਰੀ ਗੱਲ, ਇੱਕ 10 ਲੱਖ ਦੀਆਂ ਮੋਟਰਾਂ ਆਉਣੀਆਂ, ਉਹਨਾਂ ਮੋਟਰਾਂ ਨੂੰ ਲਾ ਕੇ ਪਾਣੀ ਚੁੱਕ ਕੇ ਬਾਹਰ ਸੁੱਟੋ, 15 ਦਿਨਾਂ 'ਚ ਖਾਲੀ ਹੋ ਜਾਏਗਾ। ਫਿਰ ਕੱਢੀ ਜਾਓ, ਕੱਢੀ ਜਾਓ, ਕੱਢੀ ਜਾਓ, ਉਸ ਤੋਂ ਬਾਅਦ ਪਾਣੀ ਰਹਿਣਾ ਨਹੀਂ, ਲੈਵਲ 10 ਫੁੱਟ ਹੇਠਾਂ ਚਲਾ ਜਾਏਗਾ, ਖਤਮ। ਜਿਹੜੀਆਂ ਚੀਜ਼ਾਂ ਅੱਜ ਤੁਸੀਂ ਦੱਸ ਰਹੇ ਹੋ, ਹਸਪਤਾਲ ਤੁਹਾਡੇ ਵੇਲੇ ਬਣਿਆ, ਤੁਹਾਡੇ ਵੇਲੇ ਬਣਿਆ ਨਾ, ਕੀ ਤੁਸੀਂ ਉਦੋਂ ਇਹ ਨਿਯਮਾਂ ਦਾ ਖਿਆਲ ਹੀ ਨਹੀਂ ਰੱਖਿਆ? ਕਿਹੜਾ ਜਿਹੜਾ ਹਸਪਤਾਲ ਬਣ ਰਿਹਾ? ਦੇਖੋ, ਮੈਂ ਦੇਸ਼ ਵਿਦੇਸ਼ ਦੇ ਦਰਸ਼ਕੋ, ਇੱਕ ਚੀਜ਼ ਬੜੀ ਤੁਹਾਡੀ ਸਮਝਣ ਵਾਲੀ ਹੈ। ਮੈਂ ਜਿਵੇਂ ਕਿ ਤੁਹਾਨੂੰ ਦੱਸ ਚੁੱਕਾ, ਮੈਂ ਗੁਰਦੁਆਰਾ ਬਾਲਾ ਸਾਹਿਬ ਵਿਖੇ ਹਸਪਤਾਲ ਦੀ 11 ਏਕੜ ਦੀ ਜਗ੍ਹਾ, ਚਲੋ ਇਹਨਾਂ ਨੇ ਆਪਣਾ ਰੇਟ ਦੱਸਿਆ, ਪਰ ਅਸੀਂ ਵੀ ਕੱਲ੍ਹ ਕੁਛ ਲੋਕਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਬਹੁਤ ਜ਼ਿਆਦਾ ਮਹਿੰਗੀ ਜਗ੍ਹਾ, ਉਹਦੇ ਉੱਪਰ ਹਸਪਤਾਲ ਬਣ ਗਿਆ। ਉਹ ਬਿਲਕੁਲ ਅੱਜ ਦੇ ਹਾਲਾਤਾਂ ਦੇ ਵਿੱਚ ਵੇਖਿਆ ਜਾਵੇ ਤਾਂ ਖੰਡਰ ਹੈ। ਜੇ ਹਸਪਤਾਲ ਬਣ ਜਾਂਦਾ, ਸਾਡੇ ਬੱਚਿਆਂ ਨੂੰ ਰੁਜ਼ਗਾਰ ਵੀ ਮਿਲਦਾ, ਸਾਡੇ ਇਲਾਜ ਵੀ ਹੁੰਦੇ। ਕਿੱਥੋਂ ਬਿਮਾਰੀਆਂ ਦਾ ਇਲਾਜ ਹੋਣਾ ਸੀ, ਕਿੱਥੋਂ ਅੱਜ ਬਿਮਾਰੀ ਦੇ ਰਿਹਾ? ਕਿਉਂਕਿ ਅੰਦਰ ਉਹਦੇ ਤੁਸੀਂ ਦੇਖੋ, ਕਿਤੇ ਨਿਓਲੇ ਤੁਰੇ ਫਿਰਦੇ ਨੇ, ਕਿਤੇ ਸੱਪ ਤੁਰੇ ਫਿਰਦੇ ਨੇ, ਕਿਤੇ 10 ਤੋਂ 15 ਫੁੱਟ ਪਾਣੀ ਤੁਰਿਆ ਫਿਰਦਾ, ਕਿਤੇ ਗਜ਼ਬ ਦੀ ਗੱਲ ਹੈ ਵੀ ਅਨੇਕ ਤਰ੍ਹਾਂ ਦਾ ਅੰਦਰ ਮੱਛਰ ਹੈ ਜਿਹੜਾ ਬਿਮਾਰੀਆਂ ਨੂੰ ਸੱਦਾ ਦਿੰਦਾ ਪਿਆ। ਮੈਂ ਬੜਾ ਹੈਰਾਨ ਸਾਂ ਵੀ ਕਿੱਥੋਂ ਬਿਮਾਰੀਆਂ ਠੀਕ ਹੋਣੀਆਂ ਸੀ, ਕਿਹੜਾ ਹਸਪਤਾਲ ਅੱਜ ਬਿਮਾਰੀਆਂ ਪੈਦਾ ਕਰਦਾ ਪਿਆ। ਜੇ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਪੁੱਛਦਾ ਮੈਂ, ਜਿਹੜੇ ਮੌਜੂਦਾ ਮੁਖੀ ਨੇ, ਉਹ ਕਹਿੰਦੇ ਬਿਲਕੁਲ ਜੀ ਚਲਾ ਤੇ ਦਿੰਦੇ, ਪਰ ਤੁਸੀਂ ਦੇਖੋ ਜਦੋਂ ਇਹ ਹਸਪਤਾਲ ਬਣਿਆ ਤੇ ਸਰਨਾ ਭਰਾਵਾਂ ਨੇ ਨਿਯਮਾਂ ਦਾ ਖਿਆਲ ਹੀ ਨਹੀਂ ਰੱਖਿਆ। ਇਹ ਬਿਲਡਿੰਗ ਉਸ ਤਰੀਕੇ ਦੀ ਬਣੀ ਹੈ, ਪਾਸ ਹੀ ਨਹੀਂ ਹੋ ਸਕਦੀ। ਹੁਣ ਉਹ ਇਹ ਜਵਾਬ ਦਿੰਦੇ ਪਏ ਨੇ, ਜੇ ਇਹਨਾਂ ਨੂੰ ਪੁੱਛਦਾ ਮੈਂ, ਇਹ ਜਵਾਬ ਇੱਕ ਸੈਕਿੰਡ ਜੀ, ਉਹਨਾਂ ਨੂੰ ਕਹੋ ਬਈ ਆਪਣੇ ਅੱਜ ਹਸਪਤਾਲ ਸਾਡੇ ਹਵਾਲੇ ਕਰ ਦੇਣ, ਅਸੀਂ ਚਲਾ ਕੇ ਤੁਹਾਨੂੰ ਦੱਸ ਦਿੰਦੇ ਹਾਂ। ਤੁਹਾਡੇ ਕੋਲ ਨਾ ਚੱਲਦਾ, ਜਵਾਬ ਇਹਨਾਂ ਨੇ ਕੰਪਲੇਂਟਾਂ ਕਰ ਕਰਕੇ ਹਸਪਤਾਲ ਵੇਚਤਾ। ਉਹ ਝੂਠ ਸੀ, ਉਹ ਅਸੀਂ ਆਪ DDA ਨੇ ਸਾਡੀ ਲੀਜ਼ ਡੀਡ ਕੈਂਸਲ ਕਰਤੀ। ਅਸੀਂ ਵਿਦਇਨ 3 ਮੰਥਸ ਲੀਜ਼ ਡੀਡ 1,49,00,000 ਰੁਪਇਆ ਇਹਨਾਂ ਦੀ ਸ਼ਿਕਾਇਤਾਂ ਕਰਕੇ, ਬੇਈਮਾਨੀ ਕਰਕੇ, ਕੁਫਰ ਤੋੜਨ ਕਰਕੇ ਜੁਰਮਾਨਾ ਦਿੱਤਾ। ਉਹਦੇ 'ਚ ਸਾਨੂੰ ਫਾਇਦਾ ਵੀ ਹੋਇਆ। ਪਹਿਲੇ ਸਾਡੀ FAR ਸੀ 200%, ਉਹਦੇ 'ਚ ਕੁੱਲ 150 ਕਮਰਾ ਬਣਨਾ ਸੀ, FAR ਹੋ ਗਈ 400%, ਜਿਹਦੇ ਨਾਲ 500 ਬੈੱਡ ਦਾ ਹਸਪਤਾਲ ਸਾਨੂੰ ਹੋ ਗਿਆ। ਫਿਰ ਉਹਦੇ ਅਸੀਂ ਕਲਾਸ ਪੈ ਗਈ ਵੀ ਅਸੀਂ ਕੋਲੋਬਰੇਸ਼ਨ ਕਰ ਸਕਦੇ ਹਾਂ, ਜਿਹੜੀ ਪਹਿਲੇ ਨਹੀਂ ਸੀ। ਅਸੀਂ ਹਸਪਤਾਲ March 2012 ਦੇ ਵਿੱਚ HL ਕਪੂਰ ਵਾਲਿਆਂ ਨਾਲ ਐਗਰੀਮੈਂਟ ਕਰਕੇ ਸ਼ੁਰੂ ਕਰਾਤਾ। ਇਹਨਾਂ ਨੇ ਪੱਥਰ ਮਾਰ ਮਾਰ ਕੇ ਭਜਵਾਤਾ, ਸ਼ਰਾਬ ਦੀਆਂ ਬੋਤਲਾਂ ਗੁਰਦੁਆਰੇ ਸੁੱਟ ਸੁੱਟ ਕੇ ਭਜਾਤਾ। ਅਸੀਂ ਕਿਹੜਾ ਧਿਆਨ ਨਹੀਂ ਰੱਖਿਆ ਜੀ? ਫਿਰ ਉਸ ਤੋਂ ਬਾਅਦ ਜਦ ਇਹਨਾਂ ਨੇ ਨਹੀਂ ਕੀਤਾ, ਅਸੀਂ ਮੋਟਰਾਂ ਲਾ ਕੇ ਪਾਣੀ ਕਢਾਉਣਾ ਸ਼ੁਰੂ ਕਰਤਾ। ਇਹ ਸਾਰਾ ਕੰਮ ਤਾਂ ਹਸਪਤਾਲ ਵਾਲਿਆਂ ਦੇ ਜ਼ਿੰਮੇ ਸੀ, ਜਿਹੜਾ ਇਹਨਾਂ ਨੇ ਕਰਨ ਦਿੱਤਾ ਤੇ ਪੱਥਰ ਵਰਗ ਬਿਠਾ ਤੇ ਗੱਟਰ ਬਣਾ ਕੇ ਰੱਖਤਾ। ਇਹਨਾਂ ਕੋਲ ਇਹ ਵੀ ਨਹੀਂ ਆਇਆ ਵੀ ਅਸੀਂ ਰੋਜ਼ ਉਹਦੀ ਰੱਖ ਰਖਾ ਕਰ ਲੈਂਦੇ, ਪਾਣੀ ਕੱਢਦੇ, ਇਹ ਤੇ ਬਿਲਡਿੰਗ ਹੋਰ ਨਾ ਹੋਇਆ ਤੇ ਬਿਲਡਿੰਗ ਹੀ ਪੈ ਜਾਏਗੀ। ਤੁਹਾਨੂੰ ਪਤਾ ਘੱਟੋ ਘੱਟ ਹੋ ਜਾਏਗੀ ਬਿਲਡਿੰਗ, ਹੈ ਅਸੀਂ ਆਪ ਦੇਖ ਕੇ ਆਏ ਹਾਂ, ਸਭ ਕੁਝ ਹੋ ਸਕਦਾ ਹੈ। ਪਰ ਗੱਲ ਤਾਂ ਹੈਗੀ, ਪੈਸੇ ਤਾਂ ਸਾਰਾ ਖਾ ਗਏ, ਪੈਸੇ ਤਾਂ ਸਾਰਾ ਖਾ ਗਏ, ਹੁਣ ਇਹਨਾਂ ਦਾ ਇਤਬਾਰ ਕੌਣ ਕਰੇਗਾ? ਮੈਂ ਫਿਰ ਵੀ ਕਹਿੰਦਾ, ਤੁਸੀਂ ਕਹਿ ਰਹੇ ਹੋ ਜੀ ਤੁਸੀਂ ਆਪਣੇ ਹਿੱਸੇਦਾਰ ਹੀ ਪਾਲਦੇ ਹੋ, HL ਕਪੂਰ ਵਾਲਾ ਸੁਖਬੀਰ ਬਾਦਲ ਕੋਲ ਗਿਆ, ਅੱਜ ਮੈਂ ਤੁਹਾਨੂੰ ਗੱਲ ਦੱਸ ਰਿਹਾ, BL ਕਪੂਰ ਵਾਲਾ, ਆ BL ਕਪੂਰ ਵਾਲਾ, ਉਸਨੇ ਸੁਖਬੀਰ ਨੂੰ ਕਿਹਾ, ਉਹਦਾ ਅੱਗੇ ਲੈਣ ਦੇਣ ਸੀ, ਉਸਨੇ ਕਿਹਾ ਵੀ ਮੈਂ ਹਸਪਤਾਲ ਲੈ ਰਿਹਾ, ਠੀਕ ਹੈ। ਕਹਿੰਦਾ ਦੇਖ ਗੱਲ ਸੁਣ, ਚੋਣਾਂ ਹੋਣੀਆਂ, ਜੇ ਅਸੀਂ ਜਿੱਤ ਕੇ ਮੇਰੀ ਤੇਰੀ ਗੱਲਬਾਤ ਆਈ ਹੈ ਤੂੰ ਲਾਗੂ ਕਰੇਗਾ, ਉਦਾਂ ਤੈਨੂੰ ਦੇ ਦਿੱਤਾ ਤਾਂ ਠੀਕ ਹੈਗਾ, ਤੂੰ ਯੂ ਡੋਂਟ ਵਰੀ ਯੂ ਕੈਨ ਟੇਕ ਓਵਰ ਦਾ ਹਸਪਤਾਲ। ਇਹ ਸਾਰੀ ਗੱਲ ਹੈ, ਪੁੱਛਣਾ ਜੇ ਅੱਜ ਵੀ ਤੁਹਾਨੂੰ ਸੇਵਾ ਦੇ ਦਿੰਦੀ ਹੈ ਤੇ ਤੁਸੀਂ ਹਸਪਤਾਲ ਚਲਾਓਗੇ? 100% ਚਲਾਓ, ਤੁਸੀਂ ਫਿਰ ਕੋਲੈਬੋਰੇਸ਼ਨ ਕਰੋਗੇ, ਫਿਰ ਉਹ ਕੋਰਟ ਦੇ ਵਿੱਚ ਚਲੇ ਜਾਣਾ ਚੱਲ ਨਹੀਂ ਸਕਦਾ ਜਾਣ, ਹੁਣ ਜਾਣ ਕੇ 76 ਹਾਂਜੀ, ਹੁਣ ਜਿਹੜਾ ਹਸਪਤਾਲ ਰੋਕਣ ਦੀ ਗੱਲ ਕਰੇਗਾ, ਹੁਣ ਸੰਗਤ ਸਮਝ ਗਈ ਹੈ, ਸੰਗਤ ਮਾਰ ਮਾਰ ਉਹਨਾਂ ਦੇ ਪੱਥਰ ਸਿਰ ਪਾੜ ਕੇ ਰੱਖ ਦੇਗੀ, ਸਿੱਧਾ ਹਸਪਤਾਲ ਭੇਜੇਗੀ ਉਹਨਾਂ ਨੂੰ, ਹੁਣ ਨਹੀਂ ਗੱਲ ਚੱਲਣ ਵਾਲੀ। ਉੱਦਣ ਵੀ ਦੇਖੋ ਗੱਲ ਸੁਣਾਓ, ਅੱਜ ਮੈਂ ਤੁਹਾਨੂੰ ਬੜੀ ਗੱਲ ਦੱਸਦਾ, ਉਹ ਵਿਚਾਰਾ ਚਲਾ ਗਿਆ ਅੰਦਰ, ਬਾਹਰ ਚਲੇ ਗਿਆ, ਉੱਪਰ ਚਲੇ ਗਿਆ, ਮੈਨੂੰ ਉਹਨਾਂ ਨੇ ਅੰਦਰ ਚਲਾ ਗਿਆ, ਬਾਹਰ ਚਲਾ ਗਿਆ, ਉੱਪਰ ਚਲਾ ਗਿਆ, ਚਲਾ ਕਿੱਥੇ ਗਿਆ ਮੜਾ ਜੇ ਦੱਸਦੇ ਦਿਓ, ਉਹਨਾਂ ਦੀ ਚੱਡਾ ਰਹੇ ਡੈਥ ਹੋ ਗਈ। ਅੱਛਾ, ਉਹਨਾਂ ਦੀ ਗੱਲ ਕਰਦੇ ਹੋ? ਉਹਨਾਂ ਨੇ ਮੈਨੂੰ ਕਿਹਾ ਬਈ ਇਹ ਹਸਪਤਾਲ ਤੋਂ ਮੈਂ ਦੇਖ, ਮੈਂ ਇਹਨੂੰ ਚਲਾ ਦਿਆਂਗਾ, ਤੂੰ ਕਿਸੇ ਹੋਰ ਕੋਲ ਨਾ ਜਾ। ਮੈਂ ਕਿਹਾ ਜੀ ਮੈਂ ਤੁਹਾਨੂੰ ਦਿਆਂਗਾ, ਇਹ ਕਹਿਣਗੇ ਕੁੜਮਾਂ ਨੂੰ ਦੇਖਦਾ, ਕਹਿੰਦੇ ਸੁਖਬੀਰ ਕੋਲ ਮੈਂ ਰਾਜੀ ਕਰਾ ਦਾਂਗਾ। ਮੈਂ ਕਿਹਾ ਮੈਂ ਫਿਰ ਵੀ ਤੁਹਾਨੂੰ ਦੇਣਾ,
you have no experience about hospitals. और मैं लग लोकां दी गल सुनांगा अपने कुड़मां नूं साल देता मैं माफ चाहना उस तो बाद मैं ईमानदारी की करांगा गुरु ब्रथे जी इस तो बाद दयानदारी की करांगा गुरु ब्रथे जी वो जमया एंड दे हैव द कैपेसिटी टू स्पेंड एनी अमाउंट पर एक तुहाड़े ते उन्हां वल्लों होर भी लगा कॉमनवैल्थ गेम वेले कहिंदे कि जिहड़ी इत्थों दी मुख्यमंत्री सी उहनूं खुश करन दे लई इहनां ने करीब ਮਸ਼ਾਲ ਦੇ ਉੱਪਰ ਹੀ ਤੇ ਉੱਥੇ 40-50 ਲੱਖ ਰੁਪਈਆ ਕਹਿੰਦੇ ਗੁਰੂ ਕੀ ਗੋਲਕ ਦਾ ਲਾਤਾ ਸਰਦਾਰ ਜੀ ਕਿਹੜਾ ਇੱਕ ਮਿੰਟ ਜੀ ਕਿੱਥੇ 50 ਲੱਖ ਰੁਪਏ ਗੋਲਕ ਤੇ ਲਾਇਆ ਤੁਸੀਂ ਗੁਰੂ ਤੁਹਾਨੂੰ ਮਾਫ ਕਰੇ ਹਾਂਜੀ ਮੈਂ ਕੀ ਕਹਾਂ ਦਿਲ ਤੇ ਬੜਾ ਕੁਝ ਕਹਿੰਦਾ ਕਹਿਣ ਹਾਂਜੀ ਕਿਤਾਬਾਂ ਤੁਸੀਂ ਛਪਵਾਈਆਂ ਹੀ ਨਹੀਂ ਤੇ ਤੁਸੀਂ ਪੈਸੇ ਘਰ ਲੈ ਗਏ ਹੋ ਹੈਂ ਪਹਿਲੀ ਮੈਂ ਗੱਲ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਇਹ ਲਾਇਸੈਂਸ ਹੈਗਾ ਕਰਪਸ਼ਨ ਕਰਨ ਦਾ ਜੀ ਉਹਨੇ ਵੀ ਕੀਤੀ ਹੈ ਕਰਪਸ਼ਨ ਇਹ ਪੈਮਾਨਾ ਬਹੁਤ ਗਲਤ ਹੈ ਤੁਸੀਂ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਕਰਪਸ਼ਨ ਕੀਤੀ ਹੈ ਪਕੜੇ ਗਏ ਨੇ ਕਾਗਜ਼ ਕਰਪਸ਼ਨ ਕੀਤੀ ਹੈ ਸਾਬਤ ਹੋ ਚੁੱਕੇ ਨੇ ਕਰਪਸ਼ਨ ਕੀਤੀ ਹੈ ਤੁਸੀਂ ਅੱਗੋਂ ਉਹਨਾਂ ਨੂੰ ਕੋਈ ਡਿਨਾਈ ਨਹੀਂ ਕਰ ਰਹੇ ਨਿਗੇਟ ਨਹੀਂ ਕਰ ਰਹੇ ਤੁਸੀਂ ਕਹਿ ਰਹੇ ਹੋ ਜੀ ਇਹਨਾਂ ਨੇ ਕਰਪਸ਼ਨ ਕੀਤੀ ਹੈ ਅਸੀਂ ਕਰਪਸ਼ਨ ਕੀਤੀ ਹੈ ਤੁਸੀਂ ਸਾਰੇ ਚਾਰਜਿਸ ਆਡਿਟਿੰਗ ਕਰਾਓ ਅਸੀਂ ਭੁਗਤਣ ਨੂੰ ਤਿਆਰ ਹਾਂ ਅਸੀਂ ਉਹਦੀ ਫੋਟੋ ਇਹ ਐਡੇ ਬੇਵਕੂਫ਼ ਦੀ ਔਲਾਦ ਹੈਗੇ ਬਈ ਪੁੱਛੋ ਜੇ ਸੋਨੀਆ ਗਾਂਧੀ ਦੀ ਫੋਟੋ ਲਾਈ ਹੈ ਤਾਂ ਸੋਨੀਆ ਗਾਂਧੀ ਨੂੰ ਭੁੱਲਰ ਦੀ ਮਾਂ ਮਿਲਣ ਗਈ ਹੈ ਭੁੱਲਰ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ ਸੁਪਰੀਮ ਕੋਰਟ ਵੱਲੋਂ ਕਨਫਰਮ ਹੋ ਚੁੱਕੀ ਹੈ ਪ੍ਰੈਜ਼ੀਡੈਂਟ ਵੱਲੋਂ ਮਰਸੀ ਪਟੀਸ਼ਨ ਰੱਦ ਹੋ ਚੁੱਕੀ ਹੈ ਇਸ ਦੇ ਬਾਅਦ ਵੀ ਅਸੀਂ ਭੁੱਲਰ ਦੀ ਮਾਂ ਨੂੰ ਸੋਨੀਆ ਗਾਂਧੀ ਅੱਗੇ ਕੋਲ ਲਿਜਾ ਰਹੇ ਹਾਂ ਵੀ ਇਹਦਾ ਧਿਆਨ ਰੱਖ ਇਹ ਬੁੱਢੀ ਮਾਂ ਹੈ ਇਹਦੇ ਪੁੱਤਰ ਨੂੰ ਤੂੰ ਫਾਂਸੀ ਨਹੀਂ ਦੇਣੀ ਉਹਦੇ ਮੋਢੇ ਦੇ ਹੱਥ ਰੱਖ ਕੇ ਕਹਿੰਦੀ ਹੈ ਆਪ ਫਿਕਰ ਨਹੀਂ ਕਰੋ ਆਪ ਫਿਕਰ ਨਹੀਂ ਤੁਹਾਡੇ 'ਚ ਹਿੰਮਤ ਹੈ ਇਹ ਜੀ ਗੱਲ ਕਰਨ ਦੀ ਅਤੇ ਅਸੀਂ ਉਹਦੀ ਫੋਟੋ ਵੀ ਨਾ ਛਾਪੀਏ ਜਿਸ ਮੁੱਖ ਮੰਤਰੀ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਐਡਾ ਵੱਡਾ ਮੈਮੋਰੀਅਲ ਬਣਾ ਦਿੱਤਾ ਜਿਹੜਾ ਕਿ ਇਤਿਹਾਸ ਦੇ ਵਿੱਚ ਅੱਜ ਤੱਕ ਨਹੀਂ ਬਣਿਆ ਅਤੇ ਸ਼ਾਇਦ ਉਹ ਬਣੇ ਵੀ ਨਾ ਕਿ ਅਸੀਂ ਇਹ ਵੀ ਨਹੀਂ ਕਰ ਸਕਦੇ ਉਸ ਮੁੱਖ ਮੰਤਰੀ ਦੀਆਂ ਥੈਂਕਸ ਅਦਾ ਕਰੀਏ ਵੀ ਤੂੰ ਸਾਡਾ ਮੈਮੋਰੀਅਲ ਬਣਾਇਆ ਕਮਾਲ ਦੀ ਗੱਲ ਹੈ ਸਾਹਿਬ ਦੀ ਜੋ ਕੁਰਬਾਨੀ ਸੀ ਪਰ ਥੈਂਕਸ ਕਰਨ ਦੇ ਲਈ 50 ਲੱਖ ਰੁਪਈਆ ਗੁਰੂ ਕੀ 50 ਲੱਖ ਰੁਪਇਆ ਕੋਈ ਨਹੀਂ ਜੀ ਕੋਈ 50 ਲੱਖ ਨਹੀਂ ਹੈ ਕਿਤਾਬ ਛੱਪੀ ਹੈਗੀ ਉਹ ਸਾਡਾ ਰਾਈਟ ਹੈਗਾ ਆਪ ਹਰ ਕਮੇਟੀ ਭਾਵੇਂ ਸ਼੍ਰੋਮਣੀ ਕਮੇਟੀ ਹੈ ਅਤੇ ਭਾਵੇਂ ਦਿੱਲੀ ਕਮੇਟੀ ਹੈ ਤੁਸੀਂ ਤਾਂ ਕੀਤਾ ਕੁਝ ਨਹੀਂ ਅਤੇ ਕਿਤਾਬਾਂ ਛਾਪੀਆਂ ਨਹੀਂ ਅਤੇ ਤਾਂ ਹੀ ਬਿੱਲ ਲੈ ਗਏ ਅਸੀਂ ਤਾਂ ਕੰਮ ਕੀਤੇ ਹੋਏ ਨੇ ਅਸੀਂ ਆਪਣੇ ਕੰਮਾਂ ਦਾ ਵੇਰਵਾ ਦਿੱਤਾ ਵੀ ਇਹ ਸਰਾਂ ਅਸੀਂ ਬਣਾਈ ਹੈ ਇਹ ਮੋਤੀ ਬਾਗ ਦੀ ਸਰਾਂ ਬਣਾਈ ਹੈ ਇਹ ਅੰਮ੍ਰਿਤਸਰ ਦੀ ਸਰਾਂ ਬਣਾਈ ਹੈ ਇਹ ਸੰਗਤ ਨੂੰ ਕਿਉਂ ਨਾ ਦੱਸੀਏ ਇਹ ਅਸੀਂ ਹਜ਼ੂਰ ਸਾਹਿਬ ਦੀ ਸਨਾਮ ਬਣਾਈਏ ਇਹ ਅਸੀਂ ਆਡੀਟੋਰੀਅਮ ਬਣਾਏ ਨੇ ਇਹ ਮਾਸਟਰ ਤਾਰਾ ਸਿੰਘ ਆਡੀਟੋਰੀਅਮ ਬਣਾਇਆ ਤੁਹਾਡੇ ਢਿੱਡ 'ਚ ਕੀ ਤਕਲੀਫ ਹੈਗੀ ਹੈ ਅਸੀਂ ਨਨਕਾਣਾ ਸਾਹਿਬ ਦੀ ਸੇਵਾ ਕੀਤੀ ਅਸੀਂ ਤੁਹਾਡੇ ਤੋਂ ਕੀ ਤਕਲੀਫ ਹੋ ਗਈ ਹੈ ਦੱਸਦਾ ਨਹੀਂ ਹੈ ਆਦਮੀ ਖੁਸ਼ੀ ਜਿਹੜਾ ਹੈ ਸਾਂਝੀ ਨਹੀਂ ਕਰਦਾ ਸੰਗਤ ਨਾਲ ਪਾਰਕਿੰਗ ਬਣੀ ਹੈ ਬੜੀ ਵੱਡੀ ਪ੍ਰੋਬਲਮ ਹੈ ਬੜੀ ਵੱਡੀ ਕਿਤੇ ਟਰਨੋਰ 'ਚ ਬਣੀ ਹੈ ਜੀ ਕਿਤੇ ਟਰਨੋਰ 'ਚ ਬਣੀ ਹੈ 2004 ਤੋਂ ਲੈ ਕੇ 2010 ਤੱਕ ਪਾਰਕਿੰਗ 6 ਸਾਲਾਂ ਜਿੰਨੀ ਵੱਡੀ ਪਾਰਕਿੰਗ ਬਣਾ ਕੇ ਰੱਖਤੀ ਹੈ ਨੀ ਉਸ ਕੋਲ ਇਨੋਗ੍ਰੇਸ਼ਨ ਵਾਲੇ ਕਰਾਈਏ ਹੈ ਤੁਹਾਡੇ ਤੇ ਸਾਰਿਆਂ ਨੇ ਆਨੰਦ ਕੁਮਾਰ ਮਰ ਗਿਆ ਉਹਨਾਂ ਨੇ ਨੀਂਹ ਪੱਥਰ ਵੀ ਰੱਖਿਆ ਤੇ ਉਸ ਤੋਂ ਬਾਅਦ ਫਿਰ ਗਾਇਬ ਹੋ ਗਏ ਕਹਿਣ ਤੋਂ ਭਾਵ ਕੋਈ ਅਸੀਂ ਇੱਕ ਵੀ ਚੀਜ਼ ਸਾਬਤ ਨਹੀਂ ਕਰ ਸਕਦੇ ਜਿਹਦੇ ਉੱਪਰ ਤੁਹਾਡਾ ਘੁਟਾਲਾ ਤੁਹਾਡੇ ਸਾਈਨ ਹੋਏ ਹੋਣ ਤੇ 3 ਵਾਰ ਜਨਮ ਨਾ ਲੈਣ ਇਹ ਸਾਬਤ ਕਰਕੇ ਦੱਸਣ ਜੀ 3 ਵਾਰ ਤੁਹਾਡਾ ਦਿਲ ਦੀਆਂ ਗਹਿਰਾਂ ਤੁਸੀਂ ਅਕਾਲ ਚੈਨਲ ਵੱਲੋਂ ਧੰਨਵਾਦ ਕਰਦੇ ਹਾਂ ਤੁਸੀਂ ਬਹੁਤ ਸੋਹਣਾ ਸਾਨੂੰ ਸਮਾਂ ਦਿੱਤਾ ਔਰ ਜੋ ਤੁਹਾਡੇ ਜੋ ਉਂਗਲਾਂ ਚੱਪੀਆਂ ਗਈਆਂ ਦੇਖਣ ਤੁਸੀਂ ਕੰਮ ਕਰੋ ਇੱਕ ਪੂਰਾ ਸਟੇਡੀਅਮ ਲੈ ਕੇ ਛੋਟਾ 200 ਬੰਦਾ ਬੁਲਾ ਕੇ ਫਿਰ ਆਮਣੇ ਸਾਹਮਣੇ ਬੈਠ ਕੇ ਦੇਖੋ ਜਦਕਿ ਲੋਕੀ ਇਹਨਾਂ ਨੂੰ ਛਿੱਤਰ ਮਾਰ ਕੇ ਨਾ ਬਾਹਰ ਕੱਢਿਆ ਫਿਰ ਮੈਨੂੰ ਕਹਿਣਾ ਬਿਲਕੁਲ ਇੱਕ ਨਹੀਂ ਗੱਲ ਮੈਂ ਤੁਹਾਨੂੰ ਸਹੀ ਕਹਿ ਰਿਹਾ ਮੈਂ ਦੱਸਿਆ ਨਹੀਂ ਤੁਹਾਨੂੰ ਸ਼ੁਰੂ 'ਚ ਘੱਟੋ ਘੱਟ 60 ਕਰੋੜ ਰੁਪਏ ਦੀ ਅਸੀਂ ਜਾਇਦਾਦ ਬਣਾਈ ਹੈ ਖਰੀਦੀ ਹੈ ਕੰਸਟਰਕਸ਼ਨ ਕੀਤੀ ਹੈ ਘੱਟੋ ਘੱਟ ਬਾਬਾ ਹਰਬੰਸ ਸਿੰਘ ਨੂੰ ਪੁੱਛ ਲਓ ਜਾ ਕੇ ਜਾਓ ਡੇਰੇ ਚਲੇ ਜਾਓ ਨਾ ਬਈ ਸਾਡੇ ਟਨਿਓਰ ਦੇ ਵਿੱਚ ਹਰ ਲੈਂਟਰ ਦੇ ਉੱਤੇ 5 ਲੱਖ ਰੁਪਏ ਦਾ ਚੈੱਕ ਜਾਂਦਾ ਸੀ ਦਿੱਲੀ ਕਮੇਟੀ ਤੋਂ ਹਰ ਲੈਂਟਰ ਦੇ
ਔਰ ਇਸ ਵਾਸਤੇ ਸੀ ਕਿ ਬਾਬਾ ਛੇਤੀ ਤੋਂ ਛੇਤੀ ਕਰੇ ਇਹਨਾਂ ਵਿੱਚ ਆਲੇ ਲੱਗੇ ਰਹਿਣ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਹੋ। ਸੋ ਦਰਸ਼ਕੋ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਮੈਂ ਸਰਦਾਰ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਦੇ ਗ੍ਰਹਿ ਵਿਖੇ ਸਾਂ। ਜਦੋਂ ਵੀ ਇੱਕ ਬੜੀ ਪ੍ਰੋਬਲਮ ਦਿੱਲੀ ਦੀ ਧਰਤੀ ਦੇ ਉੱਪਰ ਮੈਨੂੰ ਆਉਂਦੀ ਹੈ, ਜਦੋਂ ਤੇ ਮੈਂ ਸੱਤਾ ਦੇ ਵਿੱਚ ਤੇਰਾ ਉਹਨਾਂ ਦੇ ਕੋਲ ਪਹੁੰਚਦਾ ਵਾਂ, ਵੀ ਤੁਹਾਡੇ ਉੱਪਰ ਆਹ ਉਂਗਲਾਂ ਚੁੱਕੀਆਂ ਗਈਆਂ ਨੇ, ਤੇ ਮੈਨੂੰ ਇੱਕੋ ਜਵਾਬ ਦੇ ਕੇ ਤੋਰ ਦਿੰਦੇ ਨੇ ਕਿ ਜਿਹੜੇ ਉਂਗਲਾਂ ਚੁੱਕਦੇ ਨੇ ਉਹਨਾਂ ਦਾ ਰਿਕਾਰਡ ਆਹ ਦੇਖ ਲਓ। ਗੱਲ ਇਹ ਨਹੀਂ ਹੈ ਵੀ ਤੁਸੀਂ ਉਹਨਾਂ ਦੇ ਘਟਾਲੇ, ਉਹ ਉਹਨਾਂ ਦੇ ਘਟਾਲੇ, ਘੱਟੋ ਘੱਟ ਮੰਨੋ ਤਾਂ ਸਹੀ ਵੀ ਆਹ ਘਟਾਲੇ ਕੀਤੇ ਗਏ ਨੇ। ਉਹ ਸਾਰੇ ਜਿਹੜੇ ਉਂਗਲਾਂ ਚੁੱਕੀਆਂ ਗਈਆਂ ਸੀ ਉਹ ਮਾਮਲਾ ਲੈ ਕੇ ਅੱਜ ਮੈਂ ਸਰਦਾਰ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਦੇ ਗ੍ਰਹਿ ਵਿਖੇ ਸਾਂ। ਸਾਰੀਆਂ ਗੱਲਾਂ ਪੁੱਛਣ ਤੋਂ ਬਾਅਦ ਇਹਨਾਂ ਵੀਰਾਂ ਨੇ ਕਿਹਾ ਵੀ ਤੁਸੀਂ ਸਾਰਾ ਆਡਿਟ ਕਰਵਾ ਲਵੋ, ਜੇ ਕੋਈ ਵੀ ਚੀਜ਼ ਸਾਬਤ ਹੋ ਜਾਂਦੀ ਹੈ, ਕੌਮ ਦੇ ਅੱਗੇ, ਸਮਾਜ ਦੇ ਅੱਗੇ ਰੱਖੀ ਜਾਵੇ, ਜੇ ਅਸੀਂ ਦੋਸ਼ੀ ਪਾਏ ਜਾਂਦੇ ਹਾਂ, ਅਸੀਂ ਸਜ਼ਾ ਭੁਗਤਣ ਨੂੰ ਤਿਆਰ ਹਾਂ, ਅਤੇ ਬਿਲਕੁਲ ਹੋਣਾ ਵੀ ਇਸੇ ਤਰੀਕੇ ਨਾਲ ਚਾਹੀਦਾ। ਅਤੇ ਮੈਂ ਚਾਹਾਂਗਾ ਜੋ ਸੱਤਾ ਦੇ ਵਿੱਚ ਨੇ ਇਸ ਵਕਤ, ਜਿਨ੍ਹਾਂ ਦੇ ਉੱਪਰ ਮਰਿਆਦਾ ਨੂੰ ਲੈ ਕੇ, ਕਰਪਸ਼ਨ ਨੂੰ ਲੈ ਕੇ ਅਨੇਕਾਂ ਉਂਗਲਾਂ ਚੁੱਕੀਆਂ ਨੇ, ਉਹ ਕਿਰਪਾ ਕਰਕੇ ਅਸੀਂ ਅਕਾਲ ਚੈਨਲ ਨੂੰ ਆਪਣਾ ਮਾਧਿਅਮ ਬਣਾਵਾਂਗੇ, ਕਿਸੇ ਖੁੱਲ੍ਹੇ ਹਾਲ ਦੇ ਵਿੱਚ ਜਾਂ ਉਹ ਜਗ੍ਹਾ ਨਿਯਤ ਕਰ ਦੇਣ, ਘੱਟੋ ਘੱਟ ਦੋਵੇਂ ਧਿਰਾਂ ਆਪਸ ਦੇ ਵਿੱਚ ਬੈਠ ਕੇ ਜੋ ਇੱਕ ਦੂਜੇ ਦੇ ਉੱਪਰ ਉਂਗਲ ਚੱਕੀ ਜਾਂਦੀ ਉਹਦਾ ਜਵਾਬ ਦਿੱਤਾ ਜਾਵੇ, ਅਤੇ ਆਮ ਦਿੱਲੀ ਦੀ ਸੰਗਤ ਹੈ ਉਹ ਸਮਝਣ ਦੇ ਵਿੱਚ ਬਿਲਕੁਲ ਸਫਲ ਹੋ ਜਾਵੇ ਵੀ ਸਹੀ ਕੌਣ ਹੈ ਅਤੇ ਗਲਤ ਕੌਣ ਹੈ। ਇਹਨਾਂ ਕੁਝ ਕਹਿੰਦਾ ਹੋਇਆ ਤੁਹਾਡਾ ਆਪਣਾ ਸਿੱਖ ਹਰਪ੍ਰੀਤ ਸਿੰਘ ਮੱਖੂ ਤੁਹਾਡੇ ਕੋਲ ਇਜਾਜ਼ਤ ਲੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।